ਸਤਨਾਮ ਸ੍ਰੀ ਵਾਹਿਗੁਰੂ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਨਿਰਵਾਰੇ ਪੁਰਖ ਗੁਰੂ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ
ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਏ, ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ, ਗੁਰਪ੍ਰਸਾਦ ਗੁਰੂ ਗ੍ਰੰਥ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ, ਕਿਆ ਹਉ ਕਥੀ ਕਥੇ ਕਥ ਦੇਖਾਂ ਮੈਂ, ਕਥ ਨਾ ਜਾਈ, ਜੋ ਤੁਦ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ, ਇਤੇ ਕੂਕਰ ਹਾਂ ਬੇਗਾਨਾ, ਭੌਂਕਾ ਇਸ ਤਨ ਤਾਈ, ਭਗਤਹੀਨ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ, ਤਿਨ ਕੀ ਕਥਾ ਨਰਾਰੀ ਰੇ, ਕਥਾ ਨਰਾਰੀ, ਤਿਨ ਕੀ ਕਥਾ ਨਰਾਰੀ ਰੇ, ਕਥਾ ਨਰਾਰੀ ਰੇ, ਤਿਨ ਕੀ ਕਥਾ ਨਰਾਰੀ, ਤਿਨ ਕੀ ਕਥਾ ਨਰਾਰੀ ਰੇ,
तिनकी कथा नरारी रे, कथा नरारी रे। हर के सेवक जो हर पाए तिनकी कथा, हर के सेवक जो हर पाए तिनकी कथा नरारी रे। ऐसो एहो संसार पेखना, रहन न को पई है रे, सुधे सुधे रेग चलो, तुम न तरक धक्का दवई है रे, बारे बूढ़े तरने भैया, बारे बूढ़े तरने भैया, सब हूं जम ले जई है रे, मानस बपरा मूसा कीनो, मीच बलैया खई है रे, तनवंता और निर्तन मनई, ताकि कछु न कानी रे, राजा प्रजा सम कर मारे, ऐसो काल बडानी रे, हर के सेवक जो हर पाए तिनकी कथा नरारी रे। अगम अगाध पार ब्रह्म सोए, जो जो कह सो मुक्ता होए, सुन मीता नानक बिनवंता, साध जना की अचरज कथा, हर के सेवक जो हर पाए तिनकी कथा नरारी रे। आव है ना जाहे ना कब हूँ मरते, पार ब्रह्म संगारी रे,
ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੇ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤ ਹੋ ਮਿਲ ਹੈ ਸਾਰੰਗ ਪਾਣੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ ਕਥਾ ਨਰਾਰੀ ਰੇ ਤਿਨ ਕੀ ਕਥਾ ਨਰਾਰੀ ਰੇ ਕਥਾ ਨਰਾਰੀ ਰੇ ਕਥਾ ਨਰਾਰੀ ਰੇ ਇਨਕੀ ਕਥਾ ਨਰਾਰੀ ਇਨਕੀ ਕਥਾ ਨਰਾਰੀ ਰੇ ਇਨਕੀ ਕਥਾ ਨਰਾਰੀ ਰੇ ਕਥਾ ਨਰਾਰੀ ਰੇ ਸੇਵਕ ਜੋ ਹਰ ਪਾਏ ਤਿਨ ਕੀ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੁਨਿਆਵੀ ਘਰਾਂ ਤੋਂ ਚੱਲ ਕੇ ਉਦਮ ਪੁਰਸ਼ਾਰਥ ਕਰਕੇ ਮਨ ਵਿੱਚ ਪ੍ਰੇਮ ਅਤੇ ਸ਼ਰਧਾ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਸਰਵਰੇ ਕੈਨਾਤ ਵਾਲੀਏ ਦੋ ਜਹਾਨ
ਚਵਰ ਛਤਰ ਤਖਦੇ ਮਾਲਕ ਗੁਰਤਾ ਗੱਦੀ ਵਿਰਾਜਮਾਨ ਸਤਿਗੁਰੂ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦਾ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਵਿਚਾਰਾਂ ਸਰਵਣ ਕਰਕੇ ਆਪਣੀਆਂ ਜੀਵਨ ਦੀਆਂ ਘੜੀਆਂ ਅਮੋਲਕ ਬਣਾ ਰਹੇ ਹੋ। ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਸੰਗਤਾਂ ਨੂੰ ਪਿੱਛੇ ਰੋਕਿਆ ਜਾਏ, ਉੱਥੋਂ ਫਿਰ ਸੰਗਤ ਨੂੰ ਥੋੜ੍ਹਾ ਥੋੜ੍ਹਾ ਮੱਥਾ ਟੇਕਣ ਵਾਸਤੇ ਅੱਗੇ ਆਉਣ ਦਿੱਤਾ ਜਾਏ। ਸੰਗਤ ਨੂੰ ਸਖੈਣ ਨਮਸਕਾਰ ਹੋ ਜਾਏਗੀ। ਆ ਜਿਹੜੇ ਪੁਰਾਣੇ ਸਿੰਘ ਬੈਠੇ ਹੋ, ਤੁਹਾਡੇ 'ਚ ਉੱਠ ਕੇ ਪਿੱਛੇ ਰੋਕੋ ਸੰਗਤ ਨੂੰ ਥੋੜ੍ਹਾ ਜਿਹਾ ਨਮਸਕਾਰ ਕਰਨ ਵਾਸਤੇ, ਤਾਂ ਕਿ ਫਿਰ ਸਟੇਜ ਉੱਤੇ ਰੌਲੇ ਦੀ ਆਵਾਜ਼ ਨਹੀਂ ਆਏਗੀ। ਦੋ ਥਾਵਾਂ 'ਤੇ ਪਿੱਛੇ ਥੋੜ੍ਹਾ ਥੋੜ੍ਹਾ ਸੰਗਤ ਨੂੰ ਰੋਕ ਕੇ ਜਾਓ। ਗੁਰੂ ਕੀ ਸੰਗਤ ਨੂੰ ਵੀ ਬੇਨਤੀ ਹੈ ਕਿ ਹੌਲੇ ਹੌਲੇ ਪ੍ਰੇਮ ਨਾਲ ਜਦੋਂ ਵਾਰੀ ਆਏਗੀ ਨਮਸਕਾਰ ਕਰੀ ਜਾਓ। ਕਾਹਲੀ ਨਹੀਂ ਕਰਨੀ, ਸ਼ਰਧਾ ਦਾ ਸਬੂਤ ਦੇਣਾ ਹੈ। ਖੜ ਕੇ ਵੀ ਸੁਣਿਆ ਜਾਂਦਾ ਹੈ ਕਿਉਂਕਿ ਬਹੁਤ ਦੂਰ ਤੱਕ ਆਵਾਜ਼ ਆਉਂਦੀ ਹੈ, ਕਿਉਂਕਿ ਇਕਾਗਰਤਾ ਬਣਾ ਕੇ ਰੱਖਣੀ ਹੈ। ਜਿੱਥੇ ਜਗ੍ਹਾ ਮਿਲੇ ਉੱਥੇ ਬੈਠ ਜਾਓ। ਸਵਾਬ ਸਾਧ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਪਹੁੰਚੇ ਹੋ। ਸੱਚਖੰਡ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ, ਕਿਉਂਕਿ ਸੱਚੇ ਪਾਤਸ਼ਾਹ ਦਾ ਹੁਕਮ ਹੈ, ਕਹਿਤ ਕਬੀਰ ਅਬ ਕਹੀਐ ਕਾਹੇ, ਸਾਧ ਸੰਗਤ ਬੈ ਕੁੰਠੈ ਆਹੇ। ਇਹ ਮਾਤ ਲੋਕ 'ਤੇ ਬੈਕੁੰਠ ਹੈ ਜਿੱਥੇ ਆਪਾਂ ਬੈਠੇ ਹਾਂ। ਤੈ ਬੈਕੁੰਠ ਜਹਿ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਜਿੱਥੇ ਗੁਰੂ ਕੀ ਸੰਗਤ ਜੁੜ ਕੇ ਪਰਮੇਸ਼ੁਰ ਦਾ ਜਸ ਕਰਦੀ ਹੈ, ਕੀਰਤੀ ਕਰਦੀ ਹੈ, ਉਸ ਜਗ੍ਹਾ ਨੂੰ ਸੱਚੇ ਪਾਤਸ਼ਾਹ ਨੇ ਬੈਕੁੰਠ ਆਖਿਆ। ਸੋ ਬਾਕੀ ਜਿਹੜਾ ਰਹਿੰਦਾ ਸਮਾਂ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕੀਰਤਨ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਖਾਲਸਾ ਸਤਿਸੰਗ ਜੀ, ਅਕਾਲ ਪੁਰਖ ਦੀ ਮਿਹਰ, ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਰਾਜਪੁਰਾ ਦੀ ਸੰਗਤ ਨੇ ਇਹ ਉੱਦਮ ਉਪਰਾਲਾ ਕੀਤਾ। ਬ੍ਰਹਮ ਗਿਆਨੀ, ਬ੍ਰਹਮ ਭਗਤਾ, ਬ੍ਰਹਮ ਸਰੋਤਰੀ, ਬ੍ਰਹਮ ਨੇਸ਼ਟੀ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਬਣਾਉਣ ਵਾਲੇ ਧੰਨ ਧੰਨ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੀ ਸਲਾਨਾ ਯਾਦ ਮਨਾਉਣ ਵਾਸਤੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਰੱਖਿਆ ਸੀ। ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੀਸਰਾ ਦੀਵਾਨ ਪ੍ਰਾਰੰਭ ਹੈ। ਸਤਿਸੰਗ ਦੀ ਜਿਹੜੀ ਗੱਲ ਸਾਹਮਣੇ ਦਿਸਦੀ ਹੋਵੇ ਉਹਨੂੰ ਪ੍ਰਮਾਣ ਦੇ ਕੇ ਨਹੀਂ ਸਮਝਾਈਦਾ ਹੁੰਦਾ। ਕੈਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਜਿਹੜੀ ਗੱਲ ਦੇਸੀ ਰਹੀ ਹੈ ਸਮਝਾਉਣ ਦੀ ਲੋੜ ਨਹੀਂ ਹੈ। ਇੱਕ ਪਾਸੇ ਗੁਰੂ ਕਾ ਲੰਗਰ ਚੱਲ ਰਿਹਾ, ਇੱਕ ਪਾਸੇ ਗੁਰੂ ਕਾ ਦਰਬਾਰ ਸਜਿਆ, ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਜਦੋਂ ਦਾ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਸੰਗਤਾਂ ਦਾ ਇਸੇ ਤਰ੍ਹਾਂ ਇਕੱਠ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰ ਰਹੇ। ਬਹੁਤ ਸ਼ਰਧਾ ਅਤੇ ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤਾਂ ਨੇ। ਗੁਰੂ ਕਿਰਪਾ ਕਰੇ, ਇਸੇ ਤਰ੍ਹਾਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਘਰ ਦੀ ਸੇਵਾ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ। ਸਿੱਖੀ ਦੀ ਦਾਤ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਚੜ੍ਹਦੀ ਕਲਾ ਬਖਸ਼ਣ ਮਹਾਰਾਜ। ਅੱਜ ਹੋ ਗਈ 13 ਤਰੀਕ, 16 ਤਰੀਕ ਨੂੰ ਸ਼ੰਕਰਪੁਰ ਸੰਗਰਾਂਦ ਵਾਲੇ ਦਿਨ, ਉੱਥੇ ਵੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਮਾਗਮ ਰੱਖਿਆ ਗਿਆ, ਪਰ ਉਹ ਦਿਨ ਦਾ ਸਮਾਗਮ ਹੈ। ਸਾਰੀ ਸੰਗਤ ਨੂੰ ਬੇਨਤੀ ਹੈ, ਉੱਥੇ ਵੀ ਹਾਜ਼ਰੀਆਂ ਭਰਨੀਆਂ ਹਨ। ਸੋ ਆਪਣੀ ਵਿਚਾਰ ਚੱਲ ਰਹੀ ਹੈ, ਭਾਵੇਂ ਜੀਵ ਦੀ ਮਜਾਲ ਕੀ ਹੈ ਕਿ ਕਿਸੇ ਸਤਪੁਰਸ਼ ਦੇ ਜੀਵਨ ਬਾਰੇ ਕੋਈ ਬਿਆਨ ਕਰੇ, ਪਰ ਜੋ ਕੰਨਾਂ ਨਾਲ ਸੁਣਿਆ, ਅੱਖਾਂ ਨਾਲ ਪੜ੍ਹਿਆ, ਉਹ ਆਪਾਂ ਬਿਆਨ ਜ਼ਰੂਰ ਕਰ ਸਕਦੇ ਹਾਂ। ਕ
ਕੱਲ ਇੱਥੇ ਵਿਚਾਰ ਛੱਡੀ ਸੀ ਕਿ ਬਾਣੀ ਦੀ ਹਦਾਇਤ ਹੈ ਮਾਤਾ ਨੂੰ ਆਪਣੀ ਕੁੱਖੋਂ ਜਾਂ ਕਿਸੇ ਸੂਰਮੇ ਨੂੰ ਜਨਮ ਦੇਵੇ ਜਾਂ ਕਿਸੇ ਦਾਨੀ ਨੂੰ ਜਨਮ ਦੇਵੇ ਜਾਂ ਕਿਸੇ ਸੰਤ ਭਗਤ ਨੂੰ ਜਨਮ ਦੇਵੇ। ਪਰ ਸਤਿ ਸੰਗਤ ਜੀ, ਜਿਸ ਮਾਂ ਦੀ ਕੁੱਖੋਂ ਕੋ ਰੱਬ ਦਾ ਪਿਆਰਾ ਪੈਦਾ ਹੁੰਦਾ ਹੈ, ਸੰਤ ਗੁਰਮੁਖ, ਉਹਦੇ ਵਿੱਚ ਇਹ ਤਿੰਨੇ ਗੁਣ ਪਾਏ ਜਾਂਦੇ ਨੇ। ਮਹਾਂਪੁਰਸ਼ ਦਾਨੀ ਵੀ ਹੁੰਦੇ ਹੈ, ਜੀ ਦਾਨ ਦੇ ਭਗਤੀ ਲਾਇਨ, ਜੋ ਕੁਛ ਕਿਸੇ ਕੋਲ ਹੁੰਦਾ ਉਹ ਦੂਜੇ ਨੂੰ ਵੀ ਦੇ ਸਕਦਾ ਹੈ। ਜਿਹਦੀ ਝੋਲੀ 'ਚ ਕੱਖ ਨਹੀਂ ਉਹਨੇ ਕੀ ਦੇਣਾ ਕਿਸੇ ਨੂੰ। ਸੱਚੇ ਪਾਤਸ਼ਾਹ ਕਹਿੰਦੇ ਨੇ ਮਹਾਂਪੁਰਸ਼ਾਂ ਵਰਗਾ ਦਾਨੀ ਕੋਈ ਨਹੀਂ ਦੁਨੀਆਂ 'ਤੇ। ਹੀਰਿਆਂ ਦੇ ਦਾਨੀ ਬੜੇ ਮਿਲ ਸਕਦੇ ਆ, ਹਾਥੀ ਘੋੜਿਆਂ ਦੇ ਦਾਨੀ ਦੁਨੀਆਂ 'ਤੇ ਬੜੇ ਨੇ, ਬੜੇ ਨੇ ਮਾਇਆ ਦੇ ਦਾਨੀ ਜ਼ਮੀਨ ਜਾਇਦਾਦਾਂ ਦੇ। ਪਰ ਸਾਧ ਸੰਗਤ ਜੀ, ਜੇ ਜੀਵਨ ਦਾਨ ਮਿਲਦਾ, ਜਿਹਦਾ ਆਪਣਾ ਜੀਵਨ ਹੋਵੇ ਉਹਦੇ ਕੋਲ ਮਿਲ ਸਕਦਾ। ਅਤੇ ਸਾਹਿਬ ਕਹਿੰਦੇ ਨੇ ਜੀ ਦਾਨ ਦੇ ਭਗਤੀ ਲਾਇਨ, ਇਹੀ ਸਭ ਤੋਂ ਵੱਡਾ ਦਾਨ ਹੈ। ਬਾਕੀ ਦਾਨ ਖੁੱਟ ਜਾਂਦੇ ਹੈ, ਕੱਪੜੇ ਸਵਾ ਦਿੱਤੇ ਕਿਸੇ ਨੂੰ, ਉਹ ਤਾਂ 6 ਮਹੀਨਿਆਂ ਮਗਰ ਫਿਰ ਪਟ ਜਾਣਗੇ। ਕਿਸੇ ਨੂੰ ਮਾਇਆ ਦੇ ਦਿੱਤੀ, ਮੁੱਕ ਜਾਏਗੀ ਥੋੜ੍ਹੇ ਚਿਰ ਬਾਅਦ। ਪਰ ਸਤਿ ਸੰਗਤ ਜੀ, ਜਿੰਨਾ ਚਿਰ ਉਹਦਾ ਜਨਮ ਨਹੀਂ ਮੁੱਕਦਾ, ਉਨਾ ਚਿਰ ਉਹਦਾ ਦੁੱਖ ਨਹੀਂ ਮੁੱਕਦਾ ਹੈ। ਜਿੰਨਾ ਚਿਰ ਉਹਨੂੰ ਜਨਮ ਮਿਲਦਾ ਰਹੇਗਾ, ਉਹਨੂੰ ਦੁੱਖ ਮਿਲਦਾ ਰਹੇਗਾ, ਕਿਉਂਕਿ ਜਨਮ ਲੈਣਾ ਹੀ ਸਭ ਦੁੱਖਾਂ ਦਾ ਕਾਰਨ। ਅਤੇ ਜਿਹੜਾ ਜੰਮਿਆ ਉਹਨੇ ਦੁੱਖ ਤੋਂ ਬਿਨਾਂ ਹੋਰ ਕੁਛ ਨਹੀਂ ਦੇਖਿਆ ਹੈ। ਜਨਮਤ ਹੀ ਦੁੱਖ ਲਾਗਾ, ਮਰਨਾ ਆਇਕ ਹੈ। ਜਨਮ ਤੋਂ ਮਰਨ ਤੱਕ ਦੁੱਖ ਤੋਂ ਬਿਨਾਂ ਹੋਰ ਕੁਛ ਨਹੀਂ ਕਿਸੇ ਨੇ ਦੇਖੇ। ਜੇ ਫਿਰ ਜਨਮ ਮਿਲ ਗਿਆ, ਇੰਨੇ ਹੀ ਦੁੱਖ ਫਿਰ ਦੇਖਣੇ ਪੈਣਗੇ। ਮਾਤਾ ਦੇ ਉਧਰ ਦਾ ਦੁੱਖ, ਮਾਤਾ ਪਿਤਾ ਦੀਆਂ ਚਪੇੜਾਂ ਦਾ ਦੁੱਖ, ਖੁਸ਼ੀਆਂ ਗਮੀਆਂ ਦੇ ਦੁੱਖ, ਘਾਟੇ ਵਾਧਿਆਂ ਦੇ ਦੁੱਖ, ਜੰਮਣ ਮਰਨ ਦੇ ਦੁੱਖ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਵੈਦ ਜੀ, ਕਿਹੜੇ ਕਿਹੜੇ ਦੁੱਖ ਦਾ ਤੂੰ ਇਲਾਜ ਕਰ ਸਕਦਾ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਉਹ ਵੈਦ ਜੀ, ਕਿਹੜੇ ਕਿਹੜੇ ਦੁੱਖ ਦਾ ਤੂੰ ਇਲਾਜ ਕਰ ਸਕਦਾ? ਉਹ ਦੁੱਖ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ, ਵਿਛੋੜੇ ਦਾ ਕੋਈ ਇਲਾਜ ਨਹੀਂ ਬਣਿਆ,
ਜੇ ਜੰਮਿਆ ਤਾਂ ਮਰਨਾ ਵੀ ਹੈ। ਕਿਹੜਾ ਡਾਕਟਰ ਇਲਾਜ ਕਰ ਦੇਗਾ? ਜੇ ਮਿਲਿਆ ਤਾਂ ਵਿਛੜਨਾ ਵੀ ਹੈ। ਭੁੱਖ ਦਾ ਬੜਾ ਵੱਡਾ ਦੁੱਖ ਹੈ, ਇੱਕ ਸਰੀਰ ਦੀ ਭੁੱਖ ਹੈ, ਇੱਕ ਮਨ ਦੀ ਭੁੱਖ ਹੈ। ਮਨ ਦੀ ਇੱਕ ਭੁੱਖ ਨਹੀਂ ਹੈ, ਭੁੱਖਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਬੜੀਆਂ ਭੁੱਖਾਂ, ਕਿਸ ਨੂੰ ਚੌਧਰ ਦੀ ਭੁੱਖ, ਕਿਸ ਨੂੰ ਮਾਇਆ ਦੀ ਭੁੱਖ, ਕਿਸ ਨੂੰ ਧੀਆਂ ਪੁੱਤਰਾਂ ਦੀ ਭੁੱਖ, ਕਿਸੇ ਨੂੰ ਮਾਇਆ ਦੀ ਭੁੱਖ, ਥੋੜ੍ਹੇ ਨੇ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗਦੀ ਹੈ। ਸੱਚੇ ਨਾਮ ਕੀ, ਕਿਸੇ ਨੂੰ ਤਾਂ ਲੱਗੀ ਹੋਈ ਹੋਣੀ ਹੈ ਨਾ, ਤਾਂ ਹੀ ਮਾਰ ਨੇ ਬਚਨ ਕੀਤਾ ਹੈ। ਪਰ ਸਤਸੰਗ ਜੀ, ਇਹ ਵਿਰਲਿਆਂ ਨੂੰ ਲੱਗਦੀ ਹੈ, ਹੋਰ ਹੀ ਬੜੀਆਂ ਭੁੱਖਾਂ ਨੇ। ਭੁੱਖ ਤਾਂ ਇੱਕ ਬੰਦੇ ਨੂੰ ਵਿਆਕੁਲ ਕਰ ਦਿੰਦੀ ਹੈ, ਅਤੇ ਮਹਾਰਾਜ ਕਹਿੰਦੇ ਤੈਨੂੰ ਤਾਂ ਭੁੱਖਾਂ ਹੀ ਬੜੀਆਂ ਚੰਬੜੀਆਂ ਨੇ, ਤੂੰ ਸ਼ਾਂਤ ਕਿਵੇਂ ਹੋ ਸਕਦਾ? ਪਰ ਇਲਾਜ ਵੀ ਦੱਸਦੇ ਨੇ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਇੱਕੋ ਹੀ ਦਵਾਈ, ਸਰਬ ਰੋਗ ਕਾ ਔਖਦ ਨਾਮ। ਗੁਰੂ ਅਮਰਦਾਸ ਮਹਾਰਾਜ ਰੋਜ਼ ਆਪਾਂ ਨੂੰ ਆਨੰਦ ਸਾਹਿਬ ਦੇ ਵਿੱਚ ਇਹ ਸਮਝਾਉਂਦੇ ਨੇ, ਨਾਮ ਮੇਰਾ, ਨਾਮ ਮੇਰਾ ਆਧਾਰੋ, ਸਾਚਾ ਨਾਮ ਮੇਰਾ, ਨਾਮ ਮੇਰਾ, ਨਾਮ ਮੇਰਾ ਆਧਾਰੋ, ਸਾਚਾ ਨਾਮ ਮੇਰਾ, ਨਾਮ ਮੇਰਾ। ਵੱਜ ਕੇ ਭਾਈ ਧਾਰੋ, ਸਾਚਾ ਨਾਮ ਮੇਰਾ, ਨਾਮ ਮੇਰਾ, ਨਾਮ ਮੇਰਾ ਆਧਾਰੋ, ਸਾਚਾ ਨਾਮ ਮੇਰਾ। ਜਿਨ ਭੁੱਖਾਂ ਸਭ ਗਵਾਈਆਂ,
ਦੁੱਖਾਂ ਸਭ ਗਵਾਈਆਂ। ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ, ਨਾਮ ਮੇਰਾ, ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ। ਜਿਹੜਾ ਦੁਨੀਆ 'ਤੇ ਦੁੱਖ ਬਣਿਆ ਉਹਦਾ ਇਲਾਜ ਵੀ ਜ਼ਰੂਰ ਬਣਿਆ। ਸੱਚੇ ਪਾਤਸ਼ਾਹ ਨੇ ਸਾਰੀਆਂ ਭੁੱਖਾਂ ਦਾ ਇਲਾਜ ਪਰਮਾਤਮਾ ਦਾ ਨਾਮ ਦੱਸਿਆ, ਜਿਹਨੂੰ ਜਪ ਕੇ ਮਨ ਅਸ਼ਾਂਤ ਹੋ ਜਾਂਦਾ। ਰਾਜਾ ਸਗਲੀ ਸ੍ਰਿਸ਼ਟ ਕਾ ਰੱਜਿਆ ਹੋਇਆ, ਜਿਸਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ। ਜੇ ਮਗਰੋਂ ਵੀ ਪਾਤਸ਼ਾਹ ਕਹਿਤਾ ਇੱਕ ਰਹਿ ਜਾਣਾ। ਫਿਰ ਬਹੁ ਬਚਨ ਤਾਂ ਬਣੇਗਾ ਕਈ ਪਾਤਸ਼ਾਹ। ਉਣੰਜਾ ਸੌ ਤਰਵੰਜਾ ਜਪਜੀ ਸਾਹਿਬ ਦੇ ਅੱਖਰ ਨੇ, ਉਣੰਜਾ ਸੌ ਤਰਵੰਜਾ ਹੀ ਲਗਾ ਮਾਤਰਾ ਨੇ ਜਪਜੀ ਸਾਹਿਬ ਦੀ। ਸਭ ਤੋਂ ਮਹਿੰਗੀ ਬਾਣੀ ਜਪਜੀ ਸਾਹਿਬ ਦੀ ਸਾਧ ਸੰਗਤ ਜੀ। ਪਰ ਆਪਾਂ ਤਾਂ ਕਦੇ ਦੇਖਿਆ ਨਹੀਂ ਵੀ ਲਾਗਾ ਮਾਤਰ ਹੈ। ਇੱਕ ਓਅੰਕਾਰ ਤੋਂ ਜਾਂ ਫਿਰ ਕੇਤੀ ਛੁੱਟੀ ਨਾਲ ਚੰਗੇ ਨੇ ਜਿਹੜੇ ਬਾਣੀ ਪੜ੍ਹਦੇ ਨੇ, ਪਰ ਸਿੱਖੋ ਸੁਣੋ ਸੀਖੇ ਮੇਰੀ ਬਾਣੀ ਸ਼ੁੱਧ ਪੜੋ ਗੁਰੂ ਕੇਰੀ। ਗੁਰੂ ਦਾ ਹੁਕਮ ਹੈ। ਮਹਾਰਾਜ ਕਹਿੰਦੇ ਕਈ ਪਾਤਸ਼ਾਹ ਉਹਦੇ ਬਰਾਬਰ ਨਹੀਂ ਹੋ ਸਕਦੇ ਜਿਹੜਾ ਗੁਰਮੁਖ ਬਣ ਕੇ ਬੰਦਗੀ ਕਰਦਾ। ਵੈ ਜੀ ਭੁੱਖ ਦਾ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਜਿੰਨੀ ਵਾਰੀ ਜੰਮਿਆ ਮਰਿਆ ਵੀ ਉਨੀ ਵਾਰੀ ਹੈ, ਉਨੀ ਵਾਰੀ ਤੈਨੂੰ ਜਮਾਂ ਦੀ ਮਾਰ ਖਾਣੀ ਪਈ ਹੈ। ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਰ ਸੱਚੇ ਪਾਤਸ਼ਾਹ ਨੇ ਰੱਬ ਦੇ ਪਿਆਰੇ ਸਭ ਤੋਂ ਵੱਡੇ ਦਾਨੀ ਜਿਹੜੇ ਨਾਮ ਨਾਲ ਜੋੜ ਕੇ, ਜਿੰਨਾ ਚਿਰ ਇਹਨੂੰ ਗਿਆਨ ਨਹੀਂ ਹੁੰਦਾ ਉਨਾ ਚਿਰ ਜਨਮ ਨਾਸ ਨਹੀਂ ਹੁੰਦਾ ਹੈ। ਜਿੰਨਾ ਚਿਰ ਗਿਆਨ ਨਹੀਂ ਹੋਏਗਾ ਉਨਾ ਚਿਰ ਕਰਮਾਂ ਦਾ ਨਾਸ ਨਹੀਂ ਹੋਏਗਾ।
ਗਿਆਨੈ ਕਾਰਨ ਕਰਮ ਬਿਆਸ, ਗਿਆਨ ਭਇਆ ਤੋ ਕਰਮੈ ਨਾਸ। ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਨਾ ਚਿਰ ਜਨਮ ਦਾ ਨਾਸ ਨਹੀਂ ਹੁੰਦਾ। ਅਤੇ ਗਿਆਨ ਕਦੋਂ ਹੁੰਦਾ? ਜਦੋਂ ਨਾਮ ਦੀ ਕਮਾਈ ਕਰਦਾ। ਨਾਮ ਦੀ ਕਮਾਈ ਕਦੋਂ ਕਰਦਾ? ਜਦੋਂ ਇਹਨੂੰ ਲਗਨ ਲੱਗਦੀ ਹੈ, ਸ਼ੌਂਕ ਲੱਗਦਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜਿੰਨਾ ਚਿਰ ਲਗਨ ਨਹੀਂ ਲੱਗਦੀ ਉਨਾ ਚਿਰ ਭਗਤੀ ਨਹੀਂ ਕਰਦਾ। ਜਿੰਨਾ ਚਿਰ ਭਗਤੀ ਨਹੀਂ ਕਰਦਾ ਉਨਾ ਚਿਰ ਗਿਆਨ ਨਹੀਂ ਹੁੰਦਾ। ਜਿੰਨਾ ਚਿਰ ਗਿਆਨ ਨਹੀਂ ਹੁੰਦਾ ਜਨਮ ਦਾ ਨਾਸ ਨਹੀਂ ਹੁੰਦਾ। ਲਗਨ ਕਦੋਂ ਲੱਗਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭੈ ਬਿਨ ਭਗਤ ਨਾ ਹੋਵੇ ਤੇਰੀ। ਜਿੰਨਾ ਚਿਰ ਤੈਨੂੰ ਸੰਗਤ ਨਹੀਂ ਮਿਲਦੀ ਗੁਰੂ ਦੀ, ਜਿਨ੍ਹਾਂ ਨੇ ਜਪਿਆ ਉਹਨਾਂ ਦੀ ਸੰਗਤ ਨਹੀਂ ਮਿਲਦੀ, ਉਹ ਚੋਰਾਂ ਦੀ ਸੰਗਤ ਕਰਕੇ ਚੋਰੀ ਕਰਨ ਦੀ ਲਗਨ ਲੱਗਦੀ ਹੈ। ਜੂਏ ਬਾਜਾਂ ਕੋਲ ਬੈਠ ਕੇ ਜੂਆ ਖੇਡਣ ਦੀ ਆਦਤ ਪੈਂਦੀ ਹੈ। ਕੋਈ ਜੰਮਦਾ ਸ਼ਰਾਬ ਲੈ ਕੇ ਨਹੀਂ, ਸ਼ਰਾਬੀਆਂ ਦੇ ਕੋਲ ਬਹਿ ਕੇ ਸ਼ੌਂਕ ਲੱਗਦਾ ਹੈ। ਨਾਮ ਜਪਣ ਦਾ ਵੀ ਸ਼ੌਂਕ ਤੈਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚੋਂ ਲੱਗੇਗਾ। ਕਿਉਂ ਯਾਦ ਮਨਾ ਰਿਹਾ ਆਪਾਂ? ਇਹ ਮਾਇਆਧਾਰੀ ਸੀ ਜਾਂ ਜ਼ਮੀਨ ਜਾਇਦਾਦਾਂ ਸੀ? ਜੋੜ ਨਿਹਾਰੋ ਸੰਤ ਨਾਨਕ ਪਾਧਰ ਪਧਰੋ। ਸਾਨੂੰ ਜੋੜਿਆ ਨਾਮ ਨਾਲ, ਆਪ ਜੁੜੇ ਹੋਏ ਸੀ। ਸਤਿਸੰਗ ਜੀ, ਸੰਤ ਦਾਨੀ ਵੀ ਹੁੰਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਸੰਤਾਂ ਵਰਗਾ ਦਾਨੀ ਕੋ ਹੁੰਦਾ ਨਹੀਂ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਕੋਈ ਦਾਤਾ ਨਹੀਂ ਉਹਨਾਂ ਵਰਗਾ। ਜੋ ਜੋ ਸਰਨ ਪਰੈ ਸਾਧੂ ਕੀ, ਸੋ ਪਾਰ ਗਰਾਮੀ ਕੀ ਆ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਅਸੀਂ ਕੋਈ ਕਵਿਤਾ ਤਾਂ ਨਹੀਂ ਪੜ੍ਹਦੇ। ਸਾਹਿਬ ਕਹਿੰਦੇ ਨੇ, ਰੱਬ ਦੇ ਪਿਆਰਿਆਂ ਵਰਗਾ ਕੋਈ ਦਾਨੀ ਨਹੀਂ ਹੈ। ਉਹ ਦਾਨੀ ਵੀ ਹੁੰਦੇ ਆ, ਸੰਤ ਸੂਰਮੇ ਵੀ ਹੁੰਦੇ ਆ। ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਸਤਿਸੰਗ ਜੀ, ਜਿਨ੍ਹਾਂ ਨੂੰ ਰੰਗ ਲੱਗ ਗਿਆ ਨਾਮ ਦਾ, ਚੜ੍ਹ ਗਿਆ ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵੱਡ ਭਾਗਾ। ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਸੰਤ ਸੂਰਮੇ ਵੀ ਹੁੰਦੇ ਆ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਹਨੇ ਆਪਣੇ ਮਨ ਰੂਪੀ ਦੁਸ਼ਮਣ 'ਤੇ ਫਤਿਹ ਪਾਈ ਹੈ, ਗੁਰੂ ਮਹਾਰਾਜ ਕਹਿੰਦੇ ਨੇ, ਸਾਰੀ ਦੁਨੀਆ ਦਾ ਉਪਜੇਤਾ, ਸਾਰੀ ਦੁਨੀਆ ਨੂੰ ਉਹਨਾਂ ਨੇ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਉਹਨਾਂ ਨੇ ਸਾਰਾ ਜੱਗ ਜਿੱਤਿਆ।
ਸਾਰਾ ਜੱਗ ਜਿੱਤਿਆ ਬੇਈਮਾਨ ਵੈਰੀ ਨੂੰ ਜਿਨ੍ਹਾਂ ਨੇ ਉਹਨਾਂ ਨੇ ਸਾਰਾ ਜੱਗ ਜਿੱਤਿਆ ਉੱਤਮ ਜੋਗੀ ਭਰਥਰੀ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਧੰਨ ਆਖਿਆ, ਧੰਨ ਹੈ ਤੂੰ ਭਰਥਰੀ ਨਾਥ, ਧੰਨ ਹੈ ਤੂੰ ਗੋਪੀ ਚੰਦ ਮੰਗਲ ਨਾਥ, ਤਿੰਨ ਜੋਗੀ ਜੋਗੀਆਂ ਵਿੱਚ ਉੱਤਮ ਜੋਗੀ ਹੋਏ ਨੇ। ਭਰਥਰੀ ਜੀ ਕਹਿੰਦੇ ਨੇ ਜੇ ਤੂੰ ਸਾਰੀ ਦੁਨੀਆਂ ਨੂੰ ਜਿੱਤਣਾ ਤਾਂ ਮਨ ਨੂੰ ਜਿੱਤ, ਜੇ ਤੇਰਾ ਮਨ ਰੂਪੀ ਦੁਸ਼ਮਣ ਜਿਉਂਦਾ ਤੇਰੇ ਸਾਰੇ ਦੁਸ਼ਮਣ ਜਿਉਂਦੇ ਹੈ। ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਸੱਚੇ ਪਾਤਸ਼ਾਹ ਜਪਜੀ ਸਾਹਿਬ ਜੀ ਕਹਿੰਦੇ ਨੇ ਮਨ ਜੀਤੈ ਜਗ ਜੀਤ, ਸੂਰਮੇ
ਜਿਨ ਮਿਲ ਮਾਰੇ ਪੰਚ ਸੂਰ ਬੀਰ। ਸਭ ਤੋਂ ਵੱਡੇ ਦੁੰਦਰ ਜਿਹੜੇ ਉਹਨਾਂ ਉੱਤੇ ਫਤਿਹ ਪਾ ਲੈਂਦੇ ਆ, ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਉਹ ਸੰਤ ਸੂਰਮੇ ਵੀ ਹੁੰਦੇ ਆ, ਸਤਸੰਗ ਜੀ ਆਤਮਾ ਕਰਕੇ ਵੀ ਅਤੇ ਸਰੀਰ ਕਰਕੇ ਵੀ ਹੁੰਦੇ ਆ। ਜਦੋਂ ਲੋੜ ਪਏ ਸੰਤ ਨੂੰ ਸਿਪਾਹੀ ਦਾ ਰੂਪ ਧਾਰਨਾ ਬੜਾ ਸੌਖਾ ਹੈ, ਸੰਤ ਅਤੇ ਸਿਪਾਹੀ। ਜਦੋਂ ਜਦੋਂ ਲੋੜ ਪਈ ਫਿਰ ਗੁਰੂ ਪੰਥ ਵੀ ਸੰਤਾਂ ਨੇ ਕੁਰਬਾਨੀਆਂ ਵੀ ਦਿੱਤੀਆਂ, ਜੰਗ ਯੁੱਧ ਵੀ ਕੀਤੇ। ਸਤਸੰਗ ਜੀ ਸੰਤ ਸੂਰਮਾ ਵੀ ਹੁੰਦਾ, ਸੰਤ ਦਾਨੀ ਵੀ ਹੁੰਦਾ, ਸੰਤ ਭਗਤ ਵੀ ਹੁੰਦਾ। ਭਗਤੀ ਵੀ ਇੰਨਾ ਕਰ ਇੰਨੀ ਕਰਦਾ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਸਵਾਸ ਅੰਦਰ ਜਾਂਦਿਆਂ ਸਵਾਸ ਬਾਹਰ ਆਉਂਦਿਆਂ ਕਦੇ ਨਾਮ ਵਿਸਰਦਾ ਹੀ ਨਹੀਂ। ਇੱਕ ਤਾਂ ਜਪਣਾ ਹੈ, ਅਭਿਆਸ ਕਰਨਾ ਹੈ, ਭੁੱਲ ਜਾਏ ਫਿਰ ਜਪਣਾ ਹੈ, ਭੁੱਲ ਜਾਏ ਫਿਰ ਜਪਣਾ ਹੈ, ਉਹ ਤਾਂ ਧਿਆਵਾ ਹੈ ਨਾ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਇੱਥੇ ਤਾਂ ਸਾਧਨਾ ਹੋ ਰਹੀ ਹੈ ਨਾ ਹਾਲੇ, ਉੱਥੇ ਮਹਾਰਾਜ ਕਹਿੰਦੇ ਨੇ ਅੰਦਰ ਸ਼ਬਦ ਪ੍ਰਗਟ ਹੋ ਚੁੱਕਾ, ਹੁਣ ਵਿਸਰਦਾ ਹੀ ਨਹੀਂ ਕਦੇ। ਜਿਵੇਂ ਚਸ਼ਮੇ 'ਚੋਂ ਪਾਣੀ ਨਿਕਲਦਾ ਹੈ, ਇਸੇ ਤਰ੍ਹਾਂ ਹਰ ਵੇਲੇ ਉਹਨਾਂ ਦੇ ਅੰਦਰ ਸਿਮਰਨ ਦੀ ਰੋ ਚੱਲਦੀ ਰਹਿੰਦੀ ਹੈ। ਸੂਰਮੇ ਵੀ ਨੇ, ਦਾਨੀ ਵੀ ਨੇ ਅਤੇ ਭਗਤ ਵੀ ਨੇ। ਜਿਨ੍ਹਾਂ ਦੀ ਯਾਦ ਮਨਾ ਰਿਹਾ ਸਤਸੰਗ ਜੀ, ਉਹਨਾਂ ਵਿੱਚ ਇਹ ਸਾਰੀ ਗੁਣ ਸੀ। ਜਦੋਂ ਗੁਰਬਾਣੀ ਦੇ ਮੰਗਲਾਂ ਦਾ ਛੇੜਛਾੜ ਹੋਣ ਲੱਗੀ, ਪਹਿਲਾਂ ਭਿੰਡਰਾਂ ਇਕੱਠ ਹੋਇਆ, ਫਿਰ ਨਾਨਕ ਸਰ ਇਕੱਠ ਹੋਇਆ, ਫਿਰ ਰਾੜਾ ਸਾਹਿਬ ਹੋਇਆ, ਸਾਰੇ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਬਣਾਇਆ, ਇਹ ਗੁਰਮਤਾ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਇੱਕ ਲਗਾ ਮਾਤਰਾ ਨਹੀਂ ਹਿੱਲ ਸਕਦੀ, ਮੰਗਲ ਤਾਂ ਕੀ। ਲੋਕ ਕਹਿੰਦੇ ਨੇ ਸੰਤਾਂ ਨੂੰ ਨਹੀਂ ਮੰਨਣਾ ਚਾਹੀਦਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਕਹਿੰਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਤਾਂ ਸੰਤ ਮੰਨਦੇ ਹੈ। ਇਹ ਤਾਂ ਕਦੀ ਬਾਣੀ ਬਦਲਣ ਦੀ ਗੱਲ, ਕਦੀ ਮੰਗਲਾਂ ਨੂੰ ਬਦਲਣ ਦੀ ਗੱਲ, ਇਹ ਗੁਰੂ ਹੈ, ਕੋਈ ਗ੍ਰੰਥ ਕਿਤਾਬ ਨਹੀਂ ਇਹਦੀ ਸੋਧ ਹੋਏਗੀ। ਦਸਵੀਂ ਪਾਤਸ਼ਾਹ ਤੋਂ ਵੱਡਾ ਕਿਹੜਾ ਵਿਦਵਾਨ ਹੋ ਸਕਦਾ ਹੈ, ਉਹ ਕੌਣ ਵਿਦਵਾਨ ਹੋ ਸਕਦਾ ਭਾਈ ਮਨੀ ਸਿੰਘ ਵਰਗਾ, ਜਿਹੜਾ ਬੰਦ ਬੰਦ ਕਟਾ ਸਕਦਾ ਹੈ। ਉਹਨਾਂ ਨੇ ਸੋਧ ਨਹੀਂ ਕੀਤੀ। ਜਦੋਂ ਸਿੱਖ ਆਪਣੇ ਗੁਰੂ 'ਤੇ ਕਿੰਤੂ ਕਰੇਗਾ ਕਿ ਆਹ ਗੱਲ ਠੀਕ ਨਹੀਂ, ਉਹ ਨਰਕਾਂ ਦਾ ਅਧਿਕਾਰੀ ਹੋ ਜਾਏਗਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਇੱਕ ਲਗਾ ਮਾਤਰ 'ਤੇ ਵੀ ਕਿੰਤੂ ਹੈ, ਉਹਨੂੰ ਸਿੱਖ ਖਵਾਉਣ ਦਾ ਕੋਈ ਅਧਿਕਾਰ ਨਹੀਂ ਸਤਸੰਗ ਜੀ। ਉਹ ਬਾਣੀ ਨੂੰ ਗੁਰੂ ਮੰਨਣ ਵਾਲਾ ਨਹੀਂ ਹੈ, ਜੋ ਗੁਰੂ ਕਹਿੰਦਾ ਸਤ ਕਰਕੇ ਮੰਨਣਾ।
ਮਹਾਂਪੁਰਸ਼ ਕਹਿੰਦੇ ਇੱਕ ਲਗਾ ਮਾਤਰ ਵੀ ਨਹੀਂ ਹਿਲਾਈ ਜਾ ਸਕਦੀ। ਸੰਤ ਸਾਰੇ ਗੁਣ ਹੁੰਦੇ ਆ ਉਹਨਾਂ ਦੇ ਵਿੱਚ, ਤਾਂ ਹੀ ਪੂਰਨ ਆਖਿਆ ਨਾ ਪੂਰਨ, ਜਿਹਦੇ 'ਚ ਕੋਈ ਗੁਣ ਘੱਟ ਹੈ ਉਹਨੂੰ ਤਾਂ ਪੂਰਨ ਆਖਿਆ ਨਹੀਂ ਜਾ ਸਕਦਾ। ਸਾਰੇ ਗੁਣ ਸੰਤਾਂ ਦੇ ਵਿੱਚ ਪੂਰੇ, ਦਾਨੀ ਤੇ ਭਗਤ ਸੂਰਮੇ, ਗੁਣ ਸੰਤਾਂ ਦੇ ਵਿੱਚ ਦਾਨੀ ਤੇ ਭਗਤ ਸੂਰਮੇ, ਭਗਤ ਸੂਰਮੇ, ਸਾਰੇ ਗੁਣ ਸੰਤਾਂ ਦੇ ਵਿੱਚ ਪੂਰੇ, ਦਾਨੀ ਤੇ ਭਗਤ ਸੂਰਮੇ। ਮਾਤਾ ਨੂੰ ਹਦਾਇਤ ਹੈ ਜਾਂ ਸੂਰਮਾ ਜਾਂ ਭਗਤ ਜਾਂ ਸੰਤ ਨੂੰ ਜਨਮ ਦੇਵੇ ਦਾਨੀ ਨੂੰ, ਜੇ ਨਰਕਾਂ ਦੇ ਕੀੜੇ ਪੈਦਾ ਕਰਨੇ ਆ ਤਾਂ ਮਹਾਰਾਜ ਕਹਿੰਦੇ ਨੇ ਇਦੂ ਤਾਂ ਉਸ ਮਾਤਾ ਨੂੰ ਬਾਂਝ ਰਹਿ ਜਾਣਾ ਚਾਹੀਦਾ। ਜਿਨ੍ਹਾਂ ਹਰ ਹਿਰਦੈ ਨਾਮ ਅੰਨਾ ਵਸਿਓ, ਤਿੰਨ ਮਾਤ ਕੀਚੈ ਹਰ ਬਾਂਝਾ, ਬਾਂਝ ਰਹਿ ਜਾਣਾ ਚਾਹੀਦਾ। ਧੰਨ ਮਾਤਾ ਰਤਨ ਕੌਰ, ਧੰਨ ਪਿਤਾ ਸਰਦਾਰ ਰਾਮ ਸਿੰਘ ਜੀ ਲੰਬੜਦਾਰ, ਜਿਨ੍ਹਾਂ ਦੇ ਗ੍ਰਹਿ ਵਿਖੇ ਸਾਧ ਰੂਪ ਆਪਣਾ ਤਨ ਧਾਰਿਆ, ਮਹਾਂਪੁਰਸ਼ਾਂ ਦਾ ਜਨਮ ਹੋਇਆ, ਨਾਮ ਰੱਖਿਆ ਗੁਲਾਬ ਸਿੰਘ, ਸਾਰੇ ਫੁੱਲਾਂ ਵਿੱਚੋਂ ਉੱਤਮ ਫੁੱਲ ਹੈ ਗੁਲਾਬ, ਸਤਿਸੰਗ ਜੀ ਜਿਹੜੇ ਮਿਲਟਰੀ ਅਫਸਰ ਹੁੰਦੇ ਨੇ ਉਹਨਾਂ ਨੇ ਆਪ ਸਾਰੀ ਟ੍ਰੇਨਿੰਗ ਕੀਤੀ ਹੁੰਦੀ ਹੈ, ਪਰ ਰੰਗਰੂਟਾਂ ਨੂੰ ਸਿਖਾਉਣ ਵਾਸਤੇ ਉਹ ਅਫਸਰਾਂ ਨੂੰ ਸਾਰੀ ਐਕਟਿੰਗ ਉਸੇ ਤਰ੍ਹਾਂ ਫਿਰ ਕਰਨੀ ਪੈਂਦੀ ਹੈ, ਉਹਨਾਂ ਨੂੰ ਲੋੜ ਨਹੀਂ ਹੁੰਦੀ, ਪਰ ਉਹਨਾਂ ਨੇ ਦੂਜਿਆਂ ਨੂੰ ਸਿਖਾਉਣਾ ਹੁੰਦਾ ਹੈ, ਸਾਰੀ ਐਕਟਿੰਗ ਉਸੇ ਤਰ੍ਹਾਂ ਅੱਗੇ ਕਰਦੇ ਹੈ। ਗੁਰੂਆਂ ਨੂੰ
ਕੀ ਲੋੜ ਹੈ ਅੰਮ੍ਰਿਤ ਵੇਲੇ ਉੱਠ ਕੇ ਚੌਂਕੜੇ ਮਾਰਨ ਦੀ, ਸਿਮਰਨ ਕਰਨ ਦੀ, ਸੇਵਾ ਕਰਨ ਦੀ? ਸਾਨੂੰ ਸਿੱਖਿਆ ਦੇਣੀ ਹੈ। ਅਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਨੂੰ ਗੁਰੂ ਦਾ ਉਪਦੇਸ਼ ਦੇਣਾ, ਉਹਨਾਂ ਨੂੰ ਸਾਰਾ ਗੁਰੂ ਦਾ ਉਪਦੇਸ਼ ਪਹਿਲਾਂ ਆਪ ਕਮਾਉਣਾ ਪੈਂਦਾ ਹੈ। ਫਿਰ ਦੁਨਿਆਵੀ ਵਿੱਦਿਆ ਪੜ੍ਹਨ ਵਾਸਤੇ ਭਾਵੇਂ ਉਹਨਾਂ ਦਾ ਕਰਨਾ ਧਰਨਾ ਕੁਛ ਬਾਕੀ ਨਹੀਂ ਹੁੰਦਾ, ਪਰ ਮਰਿਆਦਾ ਪੂਰੀ ਕਰਦੇ ਆ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਗੋਪਾਲ ਪਦ ਦੇ ਕੋਲ ਪੜ੍ਹਨ ਵਾਸਤੇ ਲੈ ਗਏ ਮਹਿਤਾ ਕਲਿਆਣ ਦਾਸ, ਇਹਦਾ ਜਾਣ ਕੇ ਦਿਮਾਗ ਖਰਾਬ ਹੋਇਆ ਹੋਇਆ, ਪਹਿਰੇਦਾਰ ਵੀ ਢਿੱਲੇ ਜਿਹੇ ਹੋਣਗੇ। ਕਿਉਂਕਿ ਸਾਰੀ ਦੁਨੀਆ ਕਹਿੰਦੀ ਹੈ ਸੂਰਜ ਚੜ੍ਹੇ, ਉੱਲੂ ਅਰਦਾਸਾਂ ਕਰਦਾ ਨਾ ਚੜ੍ਹੇ ਕਦੇ ਵੀ, ਉਹਨੂੰ ਦਿਸਣ ਤੋਂ ਹਟ ਜਾਂਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਵਸ ਦੀ ਗੱਲ ਨਹੀਂ ਹੈ, ਉਹ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ, ਲਾਹਾ ਨਹੀਂ ਲੈਣਾ, ਵਿਘਨਕਾਰੀ ਬਣਨਾ ਹੁੰਦਾ। ਆਪਣਾ ਆਪਣਾ ਸੁਭਾਅ ਹੈ। ਗੋਪਾਲ ਪਦ ਦੇ ਕੋਲ ਸੱਚੇ ਪਾਤਸ਼ਾਹ ਨੂੰ ਪੜ੍ਹਨ ਵਾਸਤੇ ਲੈ ਕੇ ਗਏ ਮਹਿਤਾ ਕਲਿਆਣ ਦਾਸ। ਕੁਛ ਮਾਇਆ, ਕੁਛ ਮਠਿਆਈ, ਕੁਛ ਵਸਤਰ ਭੇਟਾ ਕੀਤੇ ਗੋਪਾਲ ਪਾਦਾ ਜੀ, ਤੁਸੀਂ ਮੇਰੇ ਪੁੱਤਰ ਨਾਨਕ ਨੂੰ ਪੜ੍ਹਾਓ, ਜਿਹੜੀ ਮਦਦ ਹੋਰ ਅਸੀਂ ਕਰ ਸਕਾਂਗੇ ਤੇਰੀ ਕਰਾਂਗੇ। ਗੋਪਾਲ ਪਾਦੇ ਨੇ ਸੋਚਿਆ ਰਾਏ ਬਲਾਰ ਦੇ ਪਟਵਾਰੀ ਸਰਕਾਰੀ ਮੁਲਾਜ਼ਮ, ਇਹਨਾਂ ਦਾ ਪੁੱਤਰ ਸਾਡੇ ਕੋਲ ਪੜ੍ਹਨੇ ਪਿਆ, ਕੋਈ ਦੁਨਿਆਵੀ ਕੰਮ ਹੀ ਇਹਨਾਂ ਤੋਂ ਸਵਾਰ ਲਾਂਗੇ, ਕਿਉਂਕਿ ਆਪਣਾ ਮਤਲਬ ਇੱਥੋਂ ਤੱਕ ਹੁੰਦਾ ਹੈ। ਗੋਪਾਲ ਪਾਦਾ ਕਹਿੰਦਾ ਮਹਿਤਾ ਜੀ, ਮੈਂ ਅੱਜ ਇਹਨਾਂ ਦੀ ਅਕਲ ਪਰਖ ਲਵਾਂਗਾ ਅਤੇ ਕੱਲ੍ਹ ਨੂੰ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਮੇਰੇ ਤੋਂ ਵਿੱਦਿਆ ਕਿੰਨੇ ਕੁ ਚਿਰ 'ਚ ਪੜ੍ਹ ਲੈਣਗੇ। ਗੋਪਾਲ ਪਾਦਾ ਸੱਚੇ ਪਾਤਸ਼ਾਹ ਨੂੰ ਕੋਈ ਸਵਾਲ ਪੁੱਛਦਾ ਅਕਲ ਪਰਖਣ ਵਾਸਤੇ। ਗ੍ਰੰਥਾਂ ਵਿੱਚ ਤਿੰਨ ਪ੍ਰਕਾਰ ਦੀ ਅਕਲ ਲਿਖੀ ਹੈ, ਮੰਦ ਅਕਲ, ਚਮੜਾ ਅਕਲ ਅਤੇ ਤੇਲੂਆ ਅਕਲ। ਮੰਦ ਅਕਲ ਕਹਿੰਦੇ ਨੇ ਸਮਝਾਈ ਜਾਓ, ਵਾਰ ਵਾਰ ਸਮਝ ਨਾ ਆਉਣੀ, ਉਹਨੂੰ ਮੰਦ ਅਕਲ ਕਹਿੰਦੇ ਨੇ। ਆਪਾਂ ਕਹਿੰਦੇ ਇਹਦਾ ਦਿਮਾਗ ਹੀ ਨਹੀਂ ਹੈ, ਜਿਹਦਾ ਦਿਮਾਗ ਨਾ ਹੋਵੇ ਉਹਦਾ ਤਾਂ ਅੰਗ ਹੀ ਨਹੀਂ ਹਿੱਲ ਸਕਦਾ ਕੋਈ। ਇਹ ਜਿੰਨੀ ਹਰਕਤ ਕਰਦਾ ਇਹ ਦਿਮਾਗ ਕਰਦਾ,
ਥੋੜ੍ਹੀ ਹੈ, ਮਨ ਦਾ ਅਕਲ ਹੈ। ਦੂਜੀ ਹੁੰਦੀ ਹੈ ਚਮੜਾ ਅਕਲ, ਚਮੜੇ 'ਚ ਜਿੰਨੀ ਗਲੀ ਕੱਢ ਦਿਓਗੇ ਉੱਨੀ ਰਹਿ ਗਈ, ਕੱਟੇ ਵਧੇਗੀ ਨਹੀਂ। ਕਈਆਂ ਦੀ ਇੰਨੀ ਕਕਲ ਹੁੰਦੀ ਜਿੰਨੀ ਗੱਲ ਸਮਝਾ ਦਿਓ ਸਮਝ ਲਈ, ਆਪ ਕੁਛ ਨਹੀਂ ਸਮਝ ਸਕਣਾ। ਇਹਨੂੰ ਮੰਦ, ਇਹਨੂੰ ਚਮੜਾ ਅਕਲ ਕਹਿੰਦੇ ਨੇ। ਤੀਜੀ ਹੁੰਦੀ ਹੈ ਤੇਲੂ ਅਕਲ, ਪਾਣੀ ਦੇ ਉੱਤੇ ਇੱਕ ਤੁਪਕਾ ਤੇਲ ਦਾ ਸਿੱਟ ਦਿਓ, ਸਾਰੇ ਪਾਣੀ ਤਾਪ ਹੀ ਫੈਲ ਜਾਂਦਾ ਹੈ। ਕਈਆਂ ਦੀ ਇੰਨੀ ਤੀਖਣ ਬੁੱਧੀ ਹੁੰਦੀ ਹੈ, ਇੱਕ ਗੱਲ ਸਮਝਾ ਦਿਓ ਬਾਕੀ ਸਾਰੀ ਆਪਣੇ ਆਪ ਹੀ ਸਮਝ ਜਾਂਦੇ ਹੈ। ਸਵਾਲ ਪੁੱਛਦਾ ਗੋਪਾਲ ਪਾਧਾ, ਜਿਹੜਾ ਤਿੰਨੇ ਲੋਕਾਂ ਨੂੰ ਸਮਝਾਉਣ ਆਇਆ ਸੀ ਉਹਨੂੰ ਕਿਸੇ ਨੇ ਕੀ ਪੜ੍ਹਾਉਣਾ। ਬੜਾ ਖੁਸ਼ ਹੋਇਆ ਗੋਪਾਲ ਪਾਧਾ। ਦੂਜੇ ਦਿਨ ਕਹਿੰਦਾ ਮੈਂ ਤਾਂ ਜੀ ਨਾਨਕ ਮੇਰੇ ਤੋਂ ਬੜੀ ਛੇਤੀ ਵਿੱਦਿਆ ਪੜ੍ਹ ਜਾਣਗੇ, ਬਹੁਤ ਤੀਖਣ ਬੁੱਧ ਹੈ ਇਹਨਾਂ ਦੀ। ਕੁਛ ਦਿਨ ਜਾਂਦੇ ਰਹੇ ਪੜ੍ਹਨ, ਜੋ ਪੜ੍ਹਾਉਂਦੇ ਸੀ ਪੜ੍ਹ ਜਾਂਦੇ ਸੀ। ਇੱਕ ਦਿਨ ਮਹਿਤਾ ਜੀ ਪਾਧੇ ਕੋਲ ਪੜ੍ਹਨ ਵਾਸਤੇ ਛੱਡ ਆਏ। ਗੋਪਾਲ ਪਾਧਾ ਗੁਰੂ ਨਾਨਕ ਦੇ ਮਰ ਨੂੰ ਕਹਿੰਦੇ ਜਿਹੜਾ ਕੱਲ੍ਹ ਸਬਕ ਪੜ੍ਹਾਏ ਸੀ ਸੁਣਾਓ ਨਾਨਕ, ਅੱਗੇ ਹੋਰ ਪੜ੍ਹਾਈਏ। ਸੱਚੇ ਪਾਤਸ਼ਾਹ ਕਹਿੰਦੇ ਪਾਧਾ ਜੀ ਕੀ ਪੜ੍ਹਾਉਣਾ ਮੈਨੂੰ ਤੁਸੀਂ? ਸਤਸੰਗ ਜੀ ਸਟੂਡੈਂਟ ਕਦੇ ਟੀਚਰ ਉੱਤੇ ਕੁਐਸਚਨ ਪੁੱਟਅਪ ਨਹੀਂ ਕਰਦਾ ਹੈ, ਕਦੇ ਪੁੱਛਦਾ ਨਹੀਂ ਮੈਨੂੰ ਪੜ੍ਹਾਉਣਾ ਕੀ ਹੈ, ਉਹ ਤਾਂ ਗਿਆ ਹੀ ਸਿੱਖਣ ਹੈ। ਜੋ ਪੜ੍ਹਾਉਂਦਾ ਟੀਚਰ ਸਟੂਡੈਂਟ ਪੜ੍ਹ ਕੇ ਆ ਜਾਂਦਾ। ਅੱਜ ਪਹਿਲਾ ਜ਼ਿੰਦਗੀ ਦਾ ਚਾਂਸ ਹੈ। ਗੋਪਾਲ ਪਾਧੇ ਨੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹਾਏ। ਅੱਜ ਕਿਸੇ ਵਿਦਿਆਰਥੀ ਨੇ ਪੁੱਛਿਆ ਮੈਨੂੰ ਪੜ੍ਹਾਉਣਾ ਕੀ ਹੈ ਪਾਧਾ ਜੀ? ਸੁਣਿਆ ਤਾਂ ਹੋਇਆ ਸੀ ਇਹਨੇ, ਕਿ ਦਾਈ ਨੂੰ ਦਰਸ਼ਨ ਹੋਏ ਸੀ ਸਭ ਤੋਂ ਪਹਿਲਾਂ, ਦੌਲਤਾਂ ਨੂੰ ਦਰਸ਼ਨ ਕਰਕੇ ਸ਼ੁੱਧ ਕਿਨਾ ਸ਼ੁੱਧ ਰਹੀ ਬੁੱਧ ਮੇਨਾ ਬੁੱਧ ਹੈ। ਅੱਜ ਇਹਨੂੰ ਗੋਪਾਲ ਪਾਧੇ ਨੂੰ ਵੀ ਦਰਸ਼ਨ ਹੋਏ। ਮਹਾਰਾਜ ਕਹਿੰਦੇ ਕੀ ਪੜ੍ਹਾਉਣਾ ਹੈ ਗੋਪਾਲ ਪਾਧਾ ਜੀ? ਚੁੱਪ ਕਰ ਗਿਆ ਥੋੜ੍ਹਾ ਚਿਰ, ਫਿਰ ਦਿਲ ਸਾਬਤ ਕਰਕੇ ਕਹਿੰਦਾ ਨਾਨਕ ਪੁਸਤਾਂ ਤੋਂ ਤੁਹਾਡਾ ਪਟਵਾਰ ਦਾ ਕੰਮ ਚੱਲਿਆ ਆਉਂਦਾ ਹੈ, ਇਹ ਜਿਹੜੀ ਮੇਰੀ ਵਿੱਦਿਆ ਤੁਹਾਡੇ ਦੁਨਿਆਵੀ ਕੰਮ ਵਿੱਚ ਮਦਦਗਾਰ ਬਣੇਗੀ। ਮਹਾਰਾਜ ਕਹਿੰਦੇ ਇਹਦਾ ਮਤਲਬ ਸਿਰਫ ਦੁਨਿਆਵੀ ਕੰਮਾਂ ਤੱਕ ਹੈ, ਦੁਨਿਆਵੀ ਵਿੱਦਿਆ ਦਾ ਮਤਲਬ ਕੇਵਲ ਧਨ ਕਮਾਉਣ ਤੱਕ ਹੈ, ਇਸ ਤੋਂ ਅੱਗੇ ਕੋਈ ਨਹੀਂ ਹੈ। ਚੰਗੀ ਨੌਕਰੀ ਮਿਲ ਜਾਏਗੀ, ਚੰਗਾ ਮਕਾਨ ਬਣ ਜਾਏਗਾ, ਚੰਗੀ ਗੱਡੀ ਮੋਟਰ ਮਿਲ ਜਾਏਗੀ। ਗੋਪਾਲ ਪਾਧਾ ਜੀ ਜਦੋਂ ਪ੍ਰਲੋਕ ਵਿੱਚ ਸਜੀਵ ਤੋਂ ਕਰਮਾਂ ਦਾ ਹਿਸਾਬ ਕਿਤਾਬ ਮੰਗਿਆ ਜਾਣਾ, ਇਹ ਵਿੱਦਿਆ ਉਦੋਂ ਮਦਦਗਾਰ ਨਹੀਂ ਬਣੇਗੀ। ਗੋਪਾਲ ਪਾਧੇ ਨੇ ਹੱਥ ਜੋੜ ਲਏ, ਨਾਨਕੇ ਮੈਨੂੰ ਨਹੀਂ ਪਤਾ ਹੈ। ਮਹਾਰਾਜ ਕਹਿੰਦੇ ਜੇ ਦੁਨਿਆਵੀ ਵਿੱਦਿਆ ਤੱਕ ਹੀ ਸੀਮਤ ਹੈ ਤੇਰੀ ਵਿੱਦਿਆ,
ਪਾਦਾ ਜੀ ਮੈਂ ਇਹ ਵਿੱਦਿਆ ਪੜ੍ਹਨੀ ਨਹੀਂ ਹੈ। ਹੋਰ ਕਿਹੜੀ ਵਿੱਦਿਆ ਪੜ੍ਹੋਗੇ ਤੁਸੀਂ? ਇਕੱਲੇ ਪਾਦੇ ਨੂੰ ਨਹੀਂ, ਆਪਾਂ ਨੂੰ ਵੀ ਆਖਿਆ ਖੇਤੀ ਕਿਵੇਂ ਦੀ ਕਰਨੀ ਹੈ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜੰਮ ਸੀ, ਸੇ ਕਰ ਭਾਗਠ ਦੇਖ ਬਾਬਾ, ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ, ਬਿਰਲਾ ਬੂਝਾ ਕੋਈ ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਓ ਸਮਾਲ। ਵਪਾਰ ਕਰਨ ਵਾਲਿਆਂ ਨੂੰ, ਖੇਤੀ ਕਰਨ ਵਾਲਿਆਂ ਨੂੰ, ਇੱਧਰ ਪੜ੍ਹਾਉਣ ਵਾਲੇ ਨੂੰ ਵੀ ਕਹਿੰਦੇ ਨੇ ਪਾਦਾ ਜੀ ਇਹ ਵਿੱਦਿਆ ਪੜ੍ਹਾਓ, ਮੋਹ ਨੂੰ ਸਾੜ ਕੇ ਰਗੜ ਕੇ ਉਹਦੀ ਸ਼ਾਹੀ ਬਣਾਓ। ਜਾਲ ਮੋਹ ਘੱਸ ਮਸ ਕਰ, ਮੋਹ ਨੂੰ ਸਾੜ ਕੇ ਉਹਨੂੰ ਰਗੜ ਕੇ ਉਹਦੀ ਸ਼ਾਹੀ ਬਣਾਓ। ਸ਼ਾਹੀ ਤਿਆਰ ਹੈ, ਮਤ ਕਾਗਦ ਕਰ ਸਾਰ, ਸ੍ਰੇਸ਼ਟ ਮਤ ਦਾ ਕਾਗਦ ਬਣਾ। ਕਾਗਦ ਭੈੜਾ ਹੋਵੇ ਸ਼ਾਹੀ ਫੈਲ ਜਾਂਦੀ, ਪਤਾ ਨਹੀਂ ਕੀ ਲਿਖਿਆ ਕੀ ਨਹੀਂ, ਕਾਗਦ ਵੀ ਵਧੀਆ ਹੋਵੇ। ਤੇਰੀ ਚੰਗੀ ਮਤ ਉੱਤੇ ਗੁਰੂ ਦਾ ਉਪਦੇਸ਼ ਲਿਖਿਆ ਜਾ ਸਕਦਾ ਹੈ, ਮੈਲੀ ਮਤ ਗੁਰੂ ਦਾ ਉਪਦੇਸ਼ ਕਦੇ ਨਹੀਂ ਪਕੜੇਗੀ। ਜਿੰਨਾ ਮਰਜ਼ੀ ਵਾਹਿਗੁਰੂ 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 ਕਰੀ ਜਾ, ਕਦੇ ਤੇਰੀ ਜਿਹੜਾ ਮਨ ਹੈ ਸ਼ਬਦ ਨੂੰ ਨਹੀਂ ਪਕੜੇਗਾ। ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਫੇਰ ਹੀ ਰੰਗ ਚੜ੍ਹੇਗਾ। ਜੇ ਕੱਪੜੇ ਦੀ ਮੈਲ ਨਿਕਲ ਗਈ, ਮੈਲੇ ਕੱਪੜੇ ਨੂੰ ਐਵੇਂ ਰੰਗ ਹੀ ਖਰਾਬ ਕਰਨਾ। ਕਸ ਮਸ ਕਰ ਮਤ ਕਾਗਦ ਕਰ ਸਾਰ, ਫਿਰ ਮਨ 'ਤੇ ਲਿਖਣਾ ਕਿਵੇਂ, ਭਾਓ ਕਲਮ ਕਰ, ਉਚਾਰਨ ਅਤੇ ਵਿਸ਼ਰਾਮ। ਜਦੋਂ ਉੱਥੇ ਰੁਕ ਜਾਏਗਾ ਬਾਣੀ ਦੇ ਅਰਥ ਆਪਣੇ ਆਪ ਹੀ ਹੋ ਜਾਣਗੇ। ਸਾਧ ਸੰਗਤ ਜੀ ਮਨ ਦਾ ਆਪਣਾ ਕੋਈ ਸਰੂਪ ਨਹੀਂ ਹੈ, ਜੈਸੇ ਪਾਣੀ ਦਾ ਕੋਈ ਰੰਗ ਨਹੀਂ ਹੈ। ਪਾਣੀ ਵਿੱਚ ਜਿਹੜਾ ਰੰਗ ਪਾ ਦਿਓਗੇ ਉਹੀ ਰੰਗ ਬਣ ਜਾਏਗਾ। ਮਨ ਜਿਹੜੀ ਚੀਜ਼ ਦਾ ਪ੍ਰੇਮ ਨਾਲ ਚਿੰਤਨ ਕਰੇਗਾ ਵਾਰ ਵਾਰ ਉਹਦਾ ਹੀ ਰੂਪ ਬਣ ਜਾਏਗਾ। ਭਾਓ ਕਲਮ ਕਰ, ਪ੍ਰੇਮ ਦੀ ਕਲਮ ਬਣਾ। ਜੇ ਮਨ 'ਤੇ ਲਿਖਣਾ ਜਿਨ ਪ੍ਰੇਮ ਕੀਓ, ਤੂੰ ਤਾਂ ਦੂਜਿਆਂ ਵੱਲ ਅੱਖਾਂ ਕੱਢਦਾ ਵੀ ਇਹ ਮੇਰੇ ਅੱਗੇ ਕੀ ਨੇ, ਮੈਂ ਤਾਂ ਕਰਮ ਕਾਂਢੀ ਬੜਾ, ਮੇਰੇ ਜਿਨ੍ਹਾਂ ਨਿਤਨੇਮ ਕਿੱਥੇ। ਇਹ ਨਹੀਂ ਗੁਰੂ ਨੂੰ ਚੰਗੀ ਲੱਗਦੀ। ਕਰ ਜ਼ਰੂਰ ਪਰ ਗਰੀਬੀ ਭਾਵ ਰੱਖ, ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ, ਨਾਨਕੀਆਂ ਮੁਕਤ ਆਗੈ ਸੁਖ ਪਾਵੈ। ਤਿੰਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ ਪ੍ਰੇਮ ਕੀਓ,
ਪਾਇਓ ਪ੍ਰੇਮ ਕਿਉਂ ਤੇ ਨਹੀਂ ਪ੍ਰਭ ਪਾਇਓ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਹਾਂ ਬਈ ਤੇ ਨਹੀਂ ਪ੍ਰਭ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਖ ਧਿਆਨ ਲਗਾਇਓ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਸਾਚ ਕਉ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭਾਇਓ ਡੰਕੇ ਦੀ ਚੋਟ ਨਾਲ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਉਪਦੇਸ਼ ਕੀਤਾ ਜਿਹਨੇ ਪਰਮਾਤਮਾ ਨੂੰ ਪਾਉਣਾ ਪ੍ਰੇਮਾ ਭਗਤੀ ਦੁਆਰਾ ਪਾ ਸਕਦਾ ਦਿਖਾਵੇ ਦੀ ਭਗਤੀ ਪਰਮਾਤਮਾ ਤੱਕ ਨਹੀਂ ਲੈ ਕੇ ਜਾਏਗੀ ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਉ ਕਲਮ ਕਰ ਪ੍ਰੇਮ ਦੀ ਕਲਮ ਚਿੱਤ ਲਿਖਾਰੀ ਲਿਖਣ ਵਾਲਾ ਲਿਖਾਰੀ ਚਿੱਤ ਹੋਣਾ ਚਾਹੀਦਾ ਅਤੇ ਸਾਹਿਬ ਕਹਿੰਦੇ ਆਪਣੀ ਮਰਜ਼ੀ ਨਾਲ ਨਾ ਲਿਖ ਲਈ ਕਿਤੇ ਕੋਈ ਨਸ਼ੇ ਲਿਖ ਬੈਠੇ ਮੁੜ ਕੇ ਆਖੇ ਮੈਂ ਤਾਂ ਛੱਡਣਾ ਚਾਹੁੰਦਾ ਪਰ ਛੱਡਿਆ ਨਹੀਂ ਜਾਂਦਾ ਲਿਖਿਆ ਗਿਆ ਨਾ ਗਲਤ ਸੁਭਾਅ ਬਣ ਗਿਆ ਬਣਾਇਆ ਤਾਂ ਆਪ ਹੀ ਆ ਹੁਣ ਦੁਖੀ ਹੈ ਮਹਾਰਾਜ ਕਹਿੰਦੇ ਆਪਣੀ ਮਰਜ਼ੀ ਨਾਲ ਨਾ ਲਿਖੀ ਕੋਈ ਗੁਰ ਪੁੱਛ ਲਿਖ ਵਿਚਾਰ ਗੁਰੂ ਤੋਂ ਪੁੱਛ ਕੇ ਆਪਣੀ ਮੱਤ ਉੱਤੇ ਲਿਖ ਅਤੇ ਫਿਰ ਗੁਰੂ ਨੇ ਕੀ ਆਖਿਆ ਲਿਖ ਨਾਮ ਸਲਾਹ ਲਿਖ ਜੇ ਲਿਖਣਾ ਨਾ ਆਪਣੀ ਮੱਤ ਉੱਤੇ ਤਾਂ ਪਰਮਾਤਮਾ ਦੀ ਸਿਫਤ ਸਲਾਹ ਲਿਖ ਮਹਾਰਾਜ ਕਿੰਨਾ ਕੁ ਲਿਖਾਂ ਸੌ ਵਾਰੀ ਹਜ਼ਾਰ ਵਾਰੀ ਲੱਖ ਵਾਰੀ ਕਰੋੜ ਵਾਰੀ ਮਹਾਰਾਜ ਕਹਿੰਦੇ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਉਹ ਬੇਅੰਤ ਹੈ ਗਿਣਤੀ 'ਚ ਨਹੀਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹ ਗਿਣਿਆ ਨਹੀਂ ਜਾਂਦਾ ਮਿਣਿਆ ਨਹੀਂ ਜਾਂਦਾ ਤੋਲਿਆ ਨਹੀਂ ਜਾਂਦਾ ਬੇਅੰਤ ਬੇਅੰਤ
ਕਹਿੰਦੇ ਇੰਨਾ ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ। ਜੇ ਤੇਰੇ ਕੋਲ ਹੈ ਨਾ ਪੜ੍ਹਾਈ ਵਿੱਦਿਆ ਤਾਂ ਹੀ ਪੜ੍ਹਾ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਗੋਪਾਲ ਪਾਧੇ ਨੇ ਹੱਥ ਜੋੜ ਤੇ, ਨਾਨਕ ਇਹ ਤਾਂ ਵਿੱਦਿਆ ਤੂੰ ਪੜ੍ਹਾਉਣ ਆਇਆ। ਫਿਰ ਮੌਲਵੀ ਕੋਲ ਲੈ ਗਏ, ਮੌਲਵੀ ਜੀ ਫਾਰਸੀ ਪੜ੍ਹਾਓ ਇਹਨਾਂ ਨੂੰ। ਅਤੇ ਮੌਲਵੀ ਕਹਿੰਦਾ ਪੜ੍ਹੋ ਨਾਨਕ ਅਲਫ ਬੇ ਸੇ। ਮਹਾਰਾਜ ਕਹਿੰਦੇ ਯੱਕ ਅਰਜ ਗੁਪਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਦੁਨੀਆ ਮਕਾਮੇ ਫਾਨੀ। ਮੌਲਵੀ ਕਹਿੰਦਾ ਨਾਨਕ ਤੇਰੀ ਛੋਟੀ ਜਿਹੀ ਉਮਰ ਖਾਣ ਪੀਣ ਖੇਡਣ ਦੀ, ਅਤੇ ਤੂੰ ਸੰਸਾਰ ਨੂੰ ਫਾਨੀ ਜਾਣਦਾ। ਮਹਾਰਾਜ ਕਹਿੰਦੇ ਮੌਲਵੀ ਜੀ ਤੇਰੇ ਸਾਹਮਣੇ ਨਿੱਕੇ ਨਿੱਕੇ ਬੱਚੇ ਤੁਸੀਂ ਕਬਰਾਂ 'ਚ ਦੱਬ ਆਉਂਦੇ ਹੋ, ਇਹ ਤਾਂ ਫਾਨੀ। ਨੈ ਬਾਰਕ ਨੈ ਜੋਬਨੈ ਨੈ ਬਿਰਧੀ ਕਛ ਬੰਦ। ਭਾਵੇਂ ਉਹ ਪੜ੍ਹਾਉਣ ਆਉਂਦੇ ਨੇ, ਮਰਿਆਦਾ ਪੂਰੀ ਕਰਦੇ। ਦੁਨਿਆਵੀ ਵਿੱਦਿਆ ਸਾਰੀ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਾਈ, ਸਾਰੀ ਵਿੱਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਾਈ। ਕਲਗੀਧਰ ਪਾਤਸ਼ਾਹ ਨੂੰ ਬ੍ਰਿਜ ਭਾਸ਼ਾ ਪੜ੍ਹਾਉਣ ਵਾਸਤੇ ਕਿਰਪਾ ਰਾਮ ਪੰਡਿਤ ਅਮਰਨਾਥ ਦਾ ਮੁੱਖ ਪੁਜਾਰੀ ਐਵੇਂ ਕਸ਼ਮੀਰ ਤੋਂ ਪੰਡਿਤ ਲੈ ਕੇ ਨਹੀਂ ਸੀ ਆਇਆ, ਉਹ ਸੱਚੇ ਪਾਤਸ਼ਾਹ ਦੇ ਘਰ ਦੀ ਮਹਿਮਾ ਜਾਣਦਾ ਸੀ। ਇਹ ਬਚਪਨ ਵਿੱਚ ਕਲਗੀਧਰ ਪਾਤਸ਼ਾਹ ਨੂੰ ਬ੍ਰਿਜ ਭਾਸ਼ਾ ਪੜ੍ਹਾਉਂਦਾ ਰਿਹਾ। ਨੂਰਦੀਨ ਕਾਜੀ ਨੇ ਫਾਰਸੀ ਪੜ੍ਹਾਈ, ਉਹਨਾਂ ਨੂੰ ਲੋੜ ਸੀ ਮਰਿਆਦਾ ਪੂਰੀ ਕਰਦੇ, ਸਾਨੂੰ ਸਿੱਖਿਆ ਦੇਣੀ ਹੁੰਦੀ ਹੈ। ਸਤਸੰਗ ਜੀ ਅੱਠਵੀਂ ਤੱਕ ਲੰਘ ਚਲੇ ਲਏ, ਮਿਡਲ ਤੱਕ ਵਿੱਦਿਆ ਪੜ੍ਹੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ। ਪਰ ਬਿਰਤੀ ਬੱਚਿਆਂ ਵਰਗੀ ਨਹੀਂ ਸੀ। ਹੁਣ ਹਰ ਪੁਰਵਣ ਕੇ ਚਿਕਨੇ ਚਿਕਨੇ ਪਾਤ, ਉਹਨਾਂ ਦੀਆਂ ਬਚਪਨ ਤੋਂ ਖੇਡਾਂ ਨਿਆਰੀਆਂ ਹੁੰਦੀਆਂ। ਸਤਸੰਗ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਭੂਆ ਦਾ ਪੁੱਤਰ ਦਲੀਪ ਸਿੰਘ ਗਾਰਡੀਅਨ ਪਟਿਆਲੇ ਰਾਜੇ ਦੇ ਲੱਸੀ ਖਾਨੇ ਵਿੱਚ ਨੌਕਰੀ ਕਰਦੇ ਸੀ। ਮਹਾਂਪੁਰਸ਼ਾਂ ਦਾ ਬੜਾ ਅਮੀਰ ਘਰਾਨਾ ਸੀ। ਉਹ ਬੰਦੇ ਦੇ ਲੱਕ ਜਿੱਡੀ ਗਾਗਰ ਗੈਂਡੇ ਦੀ ਜਿਹੜੀ ਸੋਨੇ ਦੀ ਮੋਹਰਾਂ ਦੀ ਭਰੀ ਹੁੰਦੀ ਸੀ, ਉਹ ਜਰਗ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਜਾਣ ਲੱਗਿਆਂ ਮੁੱਠ ਭਰ ਕੇ ਜੇਬ 'ਚ ਪਾ ਲੈਂਦੇ ਸੀ ਅਤੇ ਗਰੀਬਾਂ ਲੋੜਵੰਦਾਂ ਨੂੰ ਵੰਡ ਆਉਂਦੇ ਸੀ। ਉੱਥੇ ਪੜ੍ਹਦੇ ਨੇ ਮੋਦੀ ਕਾਲਜ ਵਿੱਚ। ਇੱਥੇ ਇਹਨਾਂ ਦੇ ਸੰਗੀ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਫੌਜ ਵਿੱਚ ਨੌਕਰੀ ਕਰਦੇ ਹੈ। ਸਿੱਲ ਵਾਲਾ ਪਿੰਡ ਹੈ ਰਾਜਸਥਾਨ ਦੇ ਵਿੱਚ, ਅੱਧਾ ਪਰਿਵਾਰ ਮਹਾਰਾਜ ਦਾ ਮਸੀਤਾਂ ਰਹਿੰਦਾ ਹੈ, ਅੱਧਾ ਉੱਥੇ ਰਹਿੰਦਾ ਹੈ ਰਾਜਸਥਾਨ ਦੇ ਵਿੱਚ। ਮਸੀਤਾਂ ਹਰਿਆਣੇ ਵਿੱਚ ਹੈ। ਇਹ ਸਾਧੂ ਸੀ ਪਿੰਡ ਵਿੱਚ, ਉੱਤੋਂ ਵਿੱਦਿਆ ਪੜ੍ਹੀ ਬਾਬਾ ਕਿਸ਼ਨ ਸਿੰਘ ਜੀ ਨੇ, ਸੰਥਿਆ ਵੀ ਕਰਾਈ। ਸਿੱਲ ਵਾਲੇ ਰਹਿੰਦੇ ਆ, ਮਾਤਾ ਚੜ੍ਹਾਈ ਕਰ ਗਈ ਸੀ, ਤਾਇਆ ਪ੍ਰਸ਼ਾਦਾ ਪਕਾਇਆ ਕਰਦਾ ਸੀ, ਛੋਲੇ ਅਤੇ ਜੌਂ
ਅਤੇ ਮੋਟੇ ਮੋਟੇ ਪ੍ਰਸ਼ਾਦੇ ਪਕਾਉਂਦੇ ਆ। ਬਾਬਾ ਕਿਸ਼ਨ ਸਿੰਘ ਜੀ ਡੰਗਰ ਚਾਰ ਰਹੇ ਨੇ, ਤਾਇਆ ਪ੍ਰਸ਼ਾਦਾ ਲੈ ਕੇ ਆਇਆ, ਖੋਲ੍ਹ ਕੇ ਛਕਣ ਲੱਗੇ। ਬਾਬਾ ਕਿਸ਼ਨ ਸਿੰਘ ਜੀ ਕਹਿੰਦੇ, ਐਡੇ ਐਡੇ ਮੋਟੇ ਪ੍ਰਸ਼ਾਦੇ ਮੇਥੋਂ ਨਹੀਂ ਛਕੇ ਜਾਂਦੇ। ਅਤੇ ਉਹਨਾਂ ਦਾ ਤਾਇਆ ਕਹਿੰਦਾ, ਜਿੱਥੋਂ ਪਰੌਂਠੇ ਮਿਲਦੇ ਨੇ ਉੱਥੇ ਜਾ ਕੇ ਛਕ ਲੈ, ਇੱਥੇ ਤਾਂ ਇਹੋ ਜਿਹੀ ਮਿਲਣਗੇ। ਪ੍ਰਸ਼ਾਦਾ ਦੇ ਕੇ ਚਲੇ ਗਏ। ਬਾਬਾ ਕਿਸ਼ਨ ਸਿੰਘ ਜੀ ਨੇ ਪ੍ਰਸ਼ਾਦਾ ਜੰਡ ਨਾਲ ਬੰਨ੍ਹ ਦਿੱਤਾ, ਪਸ਼ੂ ਛੱਡ ਦਿੱਤੇ, ਜਾਓ ਘਰ ਨੂੰ ਜਾਣਾ, ਜਿੱਧਰ ਜਾਣਾ ਚਲੇ ਜਾਓ। ਉੱਥੋਂ ਰਾਜਸਥਾਨ ਤੋਂ ਚੱਲੇ ਬਠਿੰਡੇ ਆ ਕੇ ਗੱਡੀ ਚੜ੍ਹ ਕੇ ਪਟਿਆਲੇ ਆ ਗਏ। ਮਾਮੇ ਦਾ ਪੁੱਤਰ ਫੌਜ ਵਿੱਚ ਸੀ, ਉਹਨਾਂ ਨੇ ਫੌਜ ਵਿੱਚ ਕਰਾ ਦਿੱਤਾ, ਪਟਿਆਲੇ ਰਾਜੇ ਦੀ ਫੌਜ ਵਿੱਚ। ਇਹ ਐਤਵਾਰ ਨੂੰ ਫੌਜੀ ਸਿੰਘ ਢੋਲਕੀ ਅਤੇ ਚਿਮਟੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰਦੇ ਹੁੰਦੇ ਸੀ, ਢੋਲਕੀ ਅਤੇ ਚਿਮਟੇ ਨਾਲ। ਭਾਈ ਦਲੀਪ ਸਿੰਘ ਨਾਲ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਨਾਂ ਤਾਂ ਉਹਨਾਂ ਦਾ ਗੁਲਾਬ ਸਿੰਘ ਸੀ ਉਦੋਂ, ਇਹ ਵੀ ਜਾਇਆ ਕਰਨ ਗੁਰਦੁਆਰਾ ਸਾਹਿਬ। ਪ੍ਰੇਮ ਹੋ ਗਿਆ ਉਹਨਾਂ ਨਾਲ। ਸਾਂਝ ਕੀਜੈ ਗੁਣੈ ਕੇਰੀ, ਛੋ ਡਬ ਗੁਣ ਚੱਲੀਐ। ਗੁਣਾਂ ਦੀ ਸਾਂਝ ਹੋ ਗਈ, ਖਿਆਲ ਮਿਲ ਗਏ। ਬਾਬਾ ਕਿਸ਼ਨ ਸਿੰਘ ਜੀ ਨਾਲ ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ। ਬਾਬਾ ਸੰਤੋਖ ਦਾਸ ਰਹਿੰਦੇ ਨੇ ਪਟਿਆਲੇ ਵਿੱਚ, ਕਦੇ ਕਦੇ ਇਹਨਾਂ ਕੋਲ ਵੀ ਚਲੇ ਜਾਂਦੇ, ਪੁੱਛਦੇ ਨੇ, ਬਾਬਾ ਜੀ ਸੰਤ ਦੀ ਉਪਾਧੀ ਕਦੋਂ ਮਿਲ ਜਾਂਦੀ ਹੈ? ਬਾਬਾ ਸੰਤੋਖ ਦਾਸ ਕਹਿੰਦੇ, ਜਦੋਂ 5 ਘੰਟੇ ਇੱਕ ਚੌਂਕੜੇ 'ਚ ਸਿਮਰਨ ਕਰਨ ਲੱਗ ਜਾਏ, ਪਤਾ ਨਾ ਲੱਗੇ 5 ਘੰਟੇ ਸਿਮਰਨ ਕਰਦਿਆਂ ਇੱਕ ਚੌਂਕੜੇ 'ਚ, ਉਹਦੀ ਉਪਾਧੀ ਸੰਤ ਵਿੱਚ ਆ ਜਾਂਦੀ ਹੈ। ਸਤਿਸੰਗ ਜੀ ਜਦੋਂ ਪੜ੍ਹਦੇ ਸੀ ਮੋਦੀ ਕਾਲਜ, ਉਦੋਂ 1 ਚੌਂਕੜੇ 'ਚ 5 ਘੰਟੇ ਰੋਜ਼ ਸਿਮਰਨ ਕਰਦੇ ਹੁੰਦੇ ਸੀ ਬਾਬਾ ਈਸ਼ਰ ਸਿੰਘ ਜੀ। ਸੰਤ ਕਿਸੇ ਕੱਪੜਿਆਂ ਦਾ ਨਾਂ ਨਹੀਂ, ਵੀ ਵਾਜਾ ਬੜਾ ਵਧੀਆ ਵਜਾਉਂਦਾ, ਨੱਚਣ ਲਾਉਂਦੇ ਸਾਜ਼ਾਂ ਦਾ ਕੀ ਅੰਤ। ਚੰਗੇ ਨੇ ਜਿਹੜੇ ਬਾਣੀ ਪੜ੍ਹਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ, ਅੰਮ੍ਰਿਤ ਛਕਾਉਂਦੇ ਨੇ, ਸਤਿਕਾਰਯੋਗ ਨੇ। ਪਰ ਸਤਿਸੰਗ ਜੀ ਕਿਸੇ ਲਿਬਾਸ ਦਾ ਨਾਂ ਸੰਤ ਨਹੀਂ, ਸੰਤ ਕਰਨੀ ਦਾ ਨਾਂ ਹੈ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘੱਟੇ ਘੱਟ। ਭਾਈ ਗੁਰਦਾਸ ਜੀ ਕਹਿੰਦੇ ਨੇ, ਖੰਡ ਖੰਡ ਕਹੇ ਤੇ ਮੂੰਹ ਮਿੱਠਾ ਨਹੀਂ ਹੁੰਦਾ, ਅੱਗ ਅੱਗ ਕਹੇ ਤੇ ਸਰਦੀ ਦੂਰ ਨਹੀਂ ਹੁੰਦੀ, ਮਾਇਆ ਮਾਇਆ ਕਹੇ ਤੇ ਕੁਮੀਰ ਨਹੀਂ ਬਣਦਾ, ਅਤੇ ਵੈਦ ਜੀ ਕਹਿ ਤੇ ਬਿਮਾਰੀ ਨਹੀਂ ਹਟਦੀ, ਚੰਦਨ ਚੰਦਨ ਕਿਆਂ ਸੁਗੰਧੀ ਨਹੀਂ ਆਈ ਕਦੇ। ਸਤਿਸੰਗ ਜੀ ਕਰਨੀ ਤੋਂ ਬਿਨਾਂ, ਗੁਰਮੁਖ ਅਖਵਾਉਣਾ, ਗੁਰਸਿੱਖ ਅਖਵਾਉਣਾ, ਸੰਤ ਜਾਂ ਸਾਧ ਅਖਵਾਇਆ ਨਹੀਂ ਜਾ ਸਕਦਾ। ਖਾਂਡ ਖਾਂਡ ਕਹੇ ਜੇਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਨਾਸ ਹੈ, ਬੈਦ ਬੈਦ ਕਹੇ ਰੋਗ ਨਾ ਮਿਟਤ ਕਾਹੂ ਕੋ ਹੈ, ਦਰਬ ਦਰਬ ਕਹੇ ਦਰਬੇ ਨਾ ਬਲਾਸ ਹੈ, ਚੰਦਨ ਚੰਦਨ ਕਹੇ ਹੋਤ ਨਾ ਸਵਾਸ ਵਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ।
ਤੈਸੇ ਗਿਆਨ ਗੋਸ਼ਟ ਕਹਿਤ ਨ ਰਹਿਤ ਪਾਵੈ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਗਿਆਨ ਦੀਆਂ ਗੱਲਾਂ ਕੀਤੀਆਂ ਗਿਆਨ ਨਹੀਂ ਬਈ, ਜਿੰਨਾ ਚਿਰ ਕਰਨੀ ਨਹੀਂ ਕਰਦਾ ਸ਼ਬਦੀ। ਸੱਚੇ ਪਾਤਸ਼ਾਹ ਵੀ ਬਾਣੀ ਚ ਕਹਿੰਦੇ ਨੇ ਗਿਆਨ ਗੱਲਾਂ ਦੇ ਨਾਲ ਨਾ ਹੋਵੇ ਬਾਝ ਕਮਾਈਆਂ ਦੇ ਗੱਲਾਂ, ਗੱਲਾਂ ਦੇ ਨਾਲ ਨਾ ਹੋਵੇ ਬਾਝ ਕਮਾਈਆਂ ਦੇ ਗਿਆਨ ਗੱਲਾਂ। ਗਿਆਨ ਗੱਲਾਂ ਦੇ ਨਾਲ ਨਾ, ਨਾਲ ਨਾ ਹੋਵੇ ਬਈ ਬਾਜ ਕਮਾਈਆਂ। ਗਿਆਨ ਗੱਲਾਂ ਦੇ ਨਾਲ ਨਾ ਹੋਵੇ ਬਾਜ ਕਮਾਈਆਂ ਦੇ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾ। ਗਿਆਨ ਕਮਾਈ ਦਾ ਵਿਸ਼ਾ ਹੈ, ਗੱਲਾਂ ਦਾ ਵਿਸ਼ਾ ਗਿਆਨ ਨਹੀਂ ਹੈ ਸਤਸੰਗ ਚ। ਗੱਲਾਂ ਦਾ ਗਿਆਨ ਕੰਨਾਂ ਤੱਕ ਜਾ ਸਕਦਾ ਪਰ ਮਨ ਤੱਕ ਗਿਆਨ ਸ਼ਬਦ ਦੀ ਕਮਾਈ ਸੇ ਜਾਏਗਾ। 5 ਘੰਟੇ ਸੰਤੋਖ ਦਾਸ ਜੀ ਦਾ ਟੋਭਾ ਸਰੋਵਰ ਦੇ ਕਿਨਾਰੇ ਰੋਜ਼ ਬਾਬਾ ਕਿਸ਼ਨ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਬੈਠਿਆ ਕਰਦੇ ਸੀ 2 ਤੋਂ 7 ਵਜੇ ਤੱਕ। ਫਿਰ ਸਕੂਲ ਦਾ ਟਾਈਮ ਹੋ ਜਾਂਦਾ ਸੀ, ਭਾਵੇਂ ਹਾਕੀ ਦੇ ਕੈਪਟਨ ਵੀ ਸੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਪਰ ਜਦੋਂ ਬਾਜ਼ਾਰ 'ਚ ਤੁਰੇ ਜਾਂਦੇ ਸੀ ਕਦੇ ਉੱਚਾ ਨਹੀਂ ਸੀ ਦੇਖਿਆ ਨੀਵੀਂ ਪਾ ਕੇ। ਪਹਿਲਾਂ ਹੀ ਅੰਦਰ ਇੰਨਾ ਸਹਿਜ ਸੀ ਸਤਸੰਗ ਜੀ। 15 ਦਿਨਾਂ ਮਗਰੋਂ ਇਹ ਫੌਜੀ ਸਿੰਘ ਰੇਰੂ ਸਾਹਿਬ ਜਾਇਆ ਕਰਦੇ ਸੀ ਬਾਬਾ ਅਤਰ ਸਿੰਘ ਜੀ ਦੀ ਸੰਗਤ ਕਰਨ ਵਾਸਤੇ। ਬੜੇ ਕਮਾਈ ਦੇ
ਨਾਮ ਦੇ ਰਸੀਏ ਮਹਾਂਪੁਰਸ਼ ਹੋਏ ਨੇ ਬਾਬਾ ਅਤਰ ਸਿੰਘ, ਜਿਹੜੇ ਹਲ ਚਲਾ ਕੇ ਕਲਗੀਧਰ ਪਾਤਸ਼ਾਹ ਦਾ ਸਥਾਨ ਰੇਰੂ ਸਾਹਿਬ ਲੰਗਰ ਚਲਾਉਂਦੇ ਰਹੇ, ਇੱਕ ਯੋਗ ਨਾਲ 12 ਵਿਘੇ ਵਾਹ ਕੇ 51 ਪਾਠ ਜਪਜੀ ਸਾਹਿਬ ਦੇ ਕਰਦੇ, ਗੁਰੂ ਦੇ ਲੰਗਰ ਵਾਸਤੇ ਹਲ ਚਲਾਇਆ ਕਰਦੇ ਸੀ। ਫਿਰ ਬਾਬਾ ਨੱਥਾ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਹੁਣ ਸਰੀਰ ਵੀ ਸਿਆਣਾ ਹੋ ਗਿਆ, ਬੜੀ ਘਾਲਣਾ ਹੋ ਗਈ, ਤੁਸੀਂ ਮੈਨੂੰ ਸੇਵਾ ਦੇ ਦਿਓ। ਓਏ ਨੱਥਾ ਸਿੰਘ, ਲੋਕ ਘਰਾਂ ਵਾਸਤੇ ਸਾਰੀ ਉਮਰ ਹਲ ਵਾਹੁੰਦੇ ਨੇ, ਲੰਗਰ ਵਾਸਤੇ ਕੋਈ ਵਿਰਲਾ ਹੀ ਵਾਹੁੰਦਾ ਹੈ। ਜੰਗੀ ਤਾਂ ਫੜੀ ਜੇ ਚਲਾਉਣਾ ਹੈ, ਵਾਹੁਣਾ ਹੈ ਤਾਂ ਮਹਾਰਾਜ ਕਿਰਪਾ ਕਰੋ। ਫਿਰ ਉਹਨਾਂ ਤੋਂ ਬਾਬਾ ਨੱਥਾ ਸਿੰਘ ਜੀ ਨੇ ਜੰਗੀ ਫੜੀ। ਸਤਸੰਗ ਜੀ ਸੁਭਾਅ ਸੀ ਅੜਬ, ਜਹਿਦਾਰ ਮਹਾਰਾਜ ਸੁਣਾਉਂਦੇ ਹੁੰਦੇ ਸੀ ਬਚਨ, ਕਹਿੰਦੇ ਖੇਤੀ ਕਰਾਉਂਦੇ ਸੀ ਬਾਬਾ ਨੱਥਾ ਸਿੰਘ। ਬਿਰਤੀ ਇਹੋ ਜਿਹੀ ਸੀ, ਬਾਬਾ ਅਤਰ ਸਿੰਘ ਮਹਾਰਾਜ ਨੇ ਨੱਥਾ ਸਿੰਘ ਉਹ ਫਲਾਣੇ ਖੇਤ ਸੁਹਾਗਾ ਮਾਰਨਾ, ਉਹਨਾਂ ਨੇ ਹਲ ਜੋੜ ਲੈਣਾ। ਅੰਦਰ ਪ੍ਰਤੀਤ ਹੈ ਪਰ ਸੁਭਾਅ ਐਸਾ ਹੈ। ਕਣਕ ਗਾਹ ਲਈ, ਕੁੱਪ ਬੰਨਣ ਵਾਲੇ ਬੁਲਾ ਲਏ, ਬਾਬਾ ਅਤਰ ਸਿੰਘ ਮਹਾਰਾਜ ਨੇ ਬੰਨ ਕੇ ਚਲੇ ਗਏ। ਬਾਬਾ ਨੱਥਾ ਸਿੰਘ ਦਾਤਰੀ ਲੈ ਕੇ ਤੁਰ ਪਏ, ਕਿੱਥੇ ਚੱਲਿਆ? ਕੁੱਪ ਵੱਢਣ ਚੱਲਿਆ, ਖਬਰਦਾਰ ਜੇ ਉੱਧਰ ਗਿਆ। ਬਾਬਾ ਨੱਥਾ ਸਿੰਘ ਕਹਿੰਦਾ ਜੀ ਚਲੇ ਹੀ ਜਾਂਦੇ ਹਾਂ ਇੱਥੋਂ। ਕਹਿੰਦੇ ਜਾ ਜਿੱਧਰ ਜਾਣਾ ਹੈ। ਰੇਰੂ ਦਰਾਹੇ ਤੋਂ ਗੱਡੀ ਚੜ੍ਹ ਪਏ ਅੰਮ੍ਰਿਤਸਰ ਸਾਹਿਬ ਨੂੰ। ਜਿਉਂ ਜਿਉਂ ਗੱਡੀ ਜਾਈ ਜਾਂਦੀ ਹੈ ਬੁਖਾਰ ਚੜ੍ਹੀ ਜਾਂਦਾ ਹੈ। ਅੰਮ੍ਰਿਤਸਰ ਸਾਹਿਬ ਪਹੁੰਚੇ, ਬੇਸੁਰਤ ਹੋ ਗਏ, ਸਮਝਿਆ ਨਾਰਾਜ਼ਗੀ ਹੈ, ਪਿੱਛਾ ਚੱਲ ਪਏ। ਦਰਾਹੇ ਆ ਕੇ ਬੁਖਾਰ ਉਤਰ ਗਿਆ, ਦਿਨ ਚੜ੍ਹੇ, ਸਵੇਰੇ ਰੇਰੂ ਸਾਹਿਬ ਆ ਗਏ। ਗਿਆ ਨਹੀਂ ਨੱਥਾ ਸਿਆਂ, ਕਹਿੰਦੇ ਕਿਸੇ ਕੰਜਰ ਨੂੰ ਜਾਣ ਵੀ ਦਿੰਦੇ ਹੋ? ਸਤਸੰਗ ਜੀ ਕਮਾਈ ਇੰਨੀ ਸੀ, ਫਿਰ ਕਟਾਣਾ ਸਾਹਿਬ ਸੇਵਾ ਕਰਾਉਂਦੇ ਰਹੇ ਨੇ ਬਾਬਾ ਨੱਥਾ ਸਿੰਘ। ਕੁੱਤੀ ਮਰ ਚੁੱਕੀ ਹੈ, ਛੋਟੇ ਛੋਟੇ ਕਤੂਰੇ ਵਿਲਕਦੇ ਨੇ, ਅੰਦਰ ਦਇਆ ਕਿੰਨੀ, ਬਾਹਰੋਂ ਸੁਭਾਅ ਹੈ। ਲੰਗਰ 'ਚੋਂ ਦੁੱਧ ਲਿਆਉਂਦੇ ਨੇ, ਉਹਨਾਂ ਕਤੂਰਿਆਂ ਨੂੰ ਪਿਆਉਂਦੇ ਆ ਰੋਜ਼। ਉੱਥੇ ਕੁੱਤੀ ਫਿਰਦੀ ਹੈ ਵਾਰਾ, ਉਹਦੇ ਕੰਢ ਧੱਫਾ ਮਾਰ ਕੇ ਕਹਿੰਦੇ ਜੇ ਤੂੰ ਇਹਨਾਂ ਨੂੰ ਸਾਂਭ ਲਵੇਂ ਤਾਂ ਸਾਨੂੰ ਰੋਜ਼ ਆ ਜੱਬ ਨਾ ਕਰਨਾ ਪਵੇ। ਸਤਸੰਗ ਜੀ ਕੁੱਤੀ ਨੇ ਉਸੇ ਵੇਲੇ ਦੁੱਧ ਲਾਹ ਲਿਆ ਅਤੇ ਕਤੂਰੇ ਉਹਨੂੰ ਚੁੰਘਣ ਲੱਗ ਗਏ। ਕਮਾਈ ਇੰਨੀ ਪਰ ਸੁਭਾਅ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਉਹ ਤਾਂ ਬਾਹਰੋਂ ਜਾਣ ਕੇ ਬਿਰਤੀ ਬਣਾਈ ਹੁੰਦੀ ਹੈ। ਬਾਬਾ ਵੀਰ ਮਦਾਸ ਵਰਗੇ ਇੱਟ ਮਾਰਦੇ ਚੱਕ ਕੇ, ਜਿਹਦੇ 'ਤੇ ਕਿਰਪਾ ਹੁਣ ਕਰਨੀ ਹੁੰਦੀ ਸੀ ਉਹਨੂੰ ਇੱਟ ਮਾਰਦੇ ਸੀ, ਜਿਹਨੂੰ ਵੱਜ ਜਾਂਦੀ ਉਹਦਾ ਕੰਮ ਬਣ ਜਾਂਦਾ ਸੀ, ਜਿਹਨੂੰ ਮੋੜਾ ਮਾਰ ਦਿੰਦੇ ਸੀ ਉਹਦਾ ਵੀ ਕੰਮ ਬਣ ਜਾਂਦਾ ਸੀ। ਇਹ ਜਾਣ ਕੇ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਕੌਣ ਸਮਝ ਸਕਦਾ ਹੈ? ਆਪਾਂ ਤਾਂ ਚਮਕ ਦਮਕ ਜ਼ਿਆਦਾ ਦੇਖਦੇ ਹਾਂ, ਥੋੜ੍ਹੇ ਹੁੰਦੇ ਆ, ਹੁੰਦੇ ਜ਼ਰੂਰ ਨੇ ਪਰਖਣ ਵਾਲੇ। ਬਾਬਾ ਨੱਥਾ ਸਿੰਘ ਖੇਤੀ ਕਰਦੇ ਸੀ, ਇੰਨੀ ਕਮਾਈ ਸੀ। ਬਾਬਾ ਬਿਸ਼ਨ ਸਿੰਘ ਲੰਗਰੀ ਸੀ,
ਹੁਣ ਟਾਈਮ ਥੋੜ੍ਹਾ, ਪੈਸੇ ਤਾਂ ਸਮਾਪਤ ਹੋ ਗਿਆ, 9:30 ਵਜੇ ਤੱਕ ਸੰਗਤ ਮੱਥਾ ਟੇਕਦੀ ਰਹੀ ਹੈ, ਅਤੇ ਸਾਨੂੰ ਪ੍ਰਬੰਧਕਾਂ ਨੇ ਪਿਛਲੇ ਪਾਸੇ ਘੇਰ ਲਿਆ ਸੀ, ਕਹਿੰਦੇ ਅੱਜ ਟਾਈਮ ਤੁਸੀਂ ਜ਼ਿਆਦਾ ਲਾਉਣਾ ਹੈ। ਅਸੀਂ ਆਖਿਆ ਸਾਡੇ ਵੱਡਿਆਂ ਦਾ ਅਸੂਲ ਹੈ, ਕਹਿੰਦੇ ਪ੍ਰੇਮ ਅੱਗੇ ਨੇਮ ਨਹੀਂ ਹੁੰਦਾ, ਪਰ ਤੁਸੀਂ ਵੀ ਨਾ ਸੋਚਿਓ ਕਿਤੇ ਸਾਰੀ ਰਾਤ ਲੱਗੇਗੀ, ਵੀ ਇਕੱਲੇ ਇਕੱਲੇ ਉੱਠਣ ਲੱਗ ਪਓ, ਇਹਨਾਂ ਦਾ ਕੀ ਪਤਾ ਵਿਹਲੇ ਨੇ। ਪਰ ਦਿਨ ਦੇ ਦੁਆਨ ਚੱਲਦੇ ਆ ਨੀ ਸਿੰਘ, ਰਾਤ ਦੇ ਇੱਥੇ ਚੱਲਦੇ, ਥੋੜ੍ਹਾ ਜਿਹਾ ਟਾਈਮ ਵੱਧ ਲੱਗਣਾ, ਫਿਰ ਸਮਾਪਤੀ ਦਾ ਟਾਈਮ ਹੋ ਗਿਆ। ਇਹ 15 ਦਿਨ ਮਗਰੋਂ ਫੌਜੀ ਸਿੰਘ ਜਾ ਕਰਦੇ ਸੀ ਰੇਰੂ ਸਾਹਿਬ, ਕੀਰਤਨ ਨਹੀਂ ਹੋਇਆ ਐਤਵਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਪੁੱਛਿਆ ਐਤਕੀ ਕੀਰਤਨ ਨਹੀਂ ਹੋਇਆ, ਕਹਿੰਦੇ ਅਸੀਂ ਰੇਰੂ ਸਾਹਿਬ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਗਏ ਸੀ, ਬੜੇ ਕਮਾਈ ਵਾਲੇ ਮਹਾਂਪੁਰਸ਼ ਨੇ, ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ, ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਇੱਕ ਸਮੇਂ ਦੇ ਵਿੱਚ ਹੋਏ ਹੈ, ਸਮਕਾਲੀ, ਦੋਵੇਂ ਕਮਾਈ ਦੇ ਕਰਨੀ ਦੇ ਪੂਰੇ ਸੂਰੇ। ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਕੜਾਹਿਆਂ 'ਚ ਅੰਮ੍ਰਿਤ ਛਕਾਇਆ, ਕੜਾਹਿਆਂ 'ਚ, ਬਾਟਿਆਂ 'ਚ ਸਾਰਿਆਂ ਨੇ ਛਕਾਇਆ। ਮਾਲਵੇ ਦੇ ਹਰ ਘਰ ਦੇ ਵਿੱਚ ਹੁੱਕੀਆਂ ਸਿੱਖਾਂ ਦੇ ਘਰਾਂ 'ਚ ਰੱਖ ਲਈਆਂ ਸੀ ਹੁੱਕੀਆਂ, ਤੁਸੀਂ ਤਾਂ ਕਹਿੰਦੇ ਨਾ ਸਿਰ ਮਨਾ ਲਏ। ਇਹ ਵੀ ਟਾਈਮ ਆਇਆ ਕਿ ਸਿੱਖਾਂ ਦੇ ਹਰ ਘਰ ਦੇ ਵਿੱਚ ਹੁੱਕੀ ਵੀ ਸੀ ਹੁੰਦੀ ਸੀ। ਫਿਰ ਮਾਲਵੇ 'ਚ ਪ੍ਰਚਾਰ ਕੀਤਾ ਬਾਬਾ ਅਤਰ ਸਿੰਘ ਜੀ ਨੇ, ਜਿਹੜੇ ਪਿੰਡ ਵਿੱਚ ਇੱਕ ਦੀਵਾਨ ਸਜਾ ਦਿੰਦੇ ਸੀ, ਸਵੇਰ ਨੂੰ ਸਾਰਾ ਪਿੰਡ ਅੰਮ੍ਰਿਤਧਾਰੀ ਹੋ ਜਾਂਦਾ ਸੀ। ਜਿਸ ਜਿਸਕੇ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ, ਜਿਹਦੇ ਅੰਦਰ ਵਸਿਆ ਹੋਵੇ ਉਹਦੀ ਸਿੱਖਿਆ ਨਾਲ ਸਾਰੇ ਸੰਸਾਰ ਦਾ ਭਲਾ ਹੋ ਸਕਦਾ ਹੈ। ਪਰ ਹੁਣ ਵਸਿਆ ਹੀ ਨਹੀਂ ਹੈ, ਤੁਹਾਡਾ ਤਾਂ ਕਸੂਰ ਹੈ ਨਹੀਂ, ਜਿਹਦੇ ਅੰਦਰ ਵਸਿਆ ਹੋਵੇ ਜਦੋਂ ਬਚਨ ਕਰੇਗਾ ਹਿਰਦਾ ਘਾਇਲ ਕਰ ਦੇਗਾ। ਇਹ ਸਮਕਾਲੀ ਹੋਏ ਨੇ। ਕੀਰਤਨ ਦੀ ਬਖਸ਼ਿਸ਼ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਅਤੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਕੀਤੀ ਸੀ। ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੂੰ ਕਹਿੰਦੇ, ਇਹ ਦਮਦਮਾ ਸਾਹਿਬ ਦੀ ਗੱਲ ਹੈ, ਜਦੋਂ ਨਮਸਕਾਰ ਕੀਤੀ, ਬੁੱਕਲ ਵਿੱਚ ਲੈ ਲਿਆ, ਦੋਵੇਂ ਹੱਥ ਰੱਖੇ ਸਿਰ 'ਤੇ, ਕਹਿੰਦੇ ਅਸੀਂ ਵੀ ਕੀਰਤਨ ਕੀਤਾ, ਇਹ ਵੀ ਕੀਰਤਨ ਦੇ ਧਨੀ ਹੋਣਗੇ। ਮਸਤੂਆਣਾ ਸਾਹਿਬ ਵਾਲਿਆਂ ਨੇ ਕਹਿੰਦੇ ਅਗਲੀ ਵਾਰੀ ਸਾਨੂੰ ਵੀ ਲੈ ਕੇ ਚੱਲਿਓ ਨਾਲ। ਅਗਲੇ ਸ਼ਨੀਵਾਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੀ ਚਲੇ ਗਏ, ਜਾ ਕੇ ਦਰਸ਼ਨ ਕੀਤੇ। ਸੰਤ ਮਹਾਰਾਜ ਕਹਿੰਦੇ ਅਸੀਂ ਜਿੱਥੇ ਆਉਣਾ ਸੀ ਆ ਗਏ, ਹੁਣ ਅਸੀਂ ਜਾਣਾ ਨਹੀਂ ਹੈ। ਨਾਲ ਦੇ ਫੌਜੀ ਸਿੰਘ ਕਹਿੰਦੇ, ਤੁਹਾਡਾ ਭੂਆ ਦਾ ਪੁੱਤਰ ਗੁੱਸੇ ਹੋਏਗਾ, ਤੁਹਾਡੀ 10ਵੀਂ ਦੀ ਪੜ੍ਹਾਈ ਹੈ। ਕਹਿੰਦੇ ਹੋਣਗੇ, ਪਰ ਮੈਂ ਅਸੀਂ ਜਾਣਾ ਨਹੀਂ, ਗਏ ਨਹੀਂ ਵਾਪਸ। ਸਰਦਾਰ ਦਲੀਪ ਸਿੰਘ ਪੁੱਛਦੇ, ਤੁਹਾਡੇ ਨਾਲ ਗੁਲਾਬ ਗਿਆ ਸੀ, ਆਇਆ ਨਹੀਂ? ਕਹਿੰਦੇ ਅਸੀਂ ਬਹੁਤ ਆਖਿਆ ਸੀ, ਆਏ ਨਹੀਂ। ਸਰਦਾਰ ਦਲੀਪ ਸਿੰਘ ਗਏ, ਮਹਾਰਾਜ ਇਹਨਾਂ ਦੀ 10ਵੀਂ ਦੀ ਪੜ੍ਹਾਈ, ਜਦੋਂ ਕੋਈ ਪਿੰਡ 'ਚ 4 th ਨਹੀਂ ਸੀ ਪੜ੍ਹਿਆ ਹੁੰਦਾ,
ਸੰਤ ਮਹਾਰਾਜ ਉਦੋਂ ਦਸਵੀਂ ਪੜ੍ਹੇ ਹੋਏ ਸੀ। ਇਹਨਾਂ ਦੇ ਪੇਪਰ ਚੱਲ ਰਹੇ ਨੇ, ਦਸਵੀਂ ਦੀ ਪੜ੍ਹਾਈ ਖਰਾਬ ਹੋਵੇਗੀ। ਮਹਾਰਾਜ ਕਹਿੰਦੇ ਜਾਓ, ਬਾਬਾ ਤਰਸੇ ਮਹਾਰਾਜ ਕਹਿੰਦੇ, ਹੱਥ ਜੋੜ ਕੇ ਆਖਿਆ ਜੀ ਮਹਾਰਾਜ ਚਲੇ ਜਾਂਦੇ ਹਾਂ, ਸਰੀਰ ਕਰਕੇ ਮਨ ਕਰਕੇ ਤੁਹਾਡੇ ਚਰਨਾਂ 'ਚ ਰਹਾਂਗੇ। ਗਏ, ਪੇਪਰ ਦੇ ਆਏ, ਪਰ ਖਿਆਲ ਤਾਂ ਹੁਣ ਮਹਾਂਪੁਰਸ਼ਾਂ ਦੇ ਚਰਨਾਂ ਸੀ, ਪਾਸ ਨਹੀਂ ਸੀ ਹੋਏ। ਫਿਰ ਮੁੜ ਆਏ, ਬੜਾ ਅਮੀਰ ਘਰ ਸੀ, ਮਹਾਰਾਜ ਕਿਰਪਾ ਕਰੋ। ਕਹਿੰਦੇ ਪਹਿਲਾਂ ਖੰਡੇ ਵੱਟ ਦਾ ਅੰਮ੍ਰਿਤ ਛਕੋ ਪੰਜ ਪਿਆਰਿਆਂ ਤੋਂ। ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾ ਕੇ ਨਾਂ ਰੱਖਿਆ ਈਸ਼ਰ ਸਿੰਘ। ਮਹਾਰਾਜ ਸੇਵਾ ਆਪਣੇ ਕੋਲ ਰੱਖ ਲਿਆ, ਬਾਬਾ ਅਤਰ ਸਿੰਘ ਜੀ ਨੇ ਆਪਣੀ ਸੇਵਾ 'ਚ। ਰੇਸ਼ਮ ਦੇ ਬਸਤਰ ਪਾਉਂਦੇ ਸੀ, ਮਹਾਰਾਜ ਕਹਿੰਦੇ ਲਾਹ ਦਿਓ ਖੱਦਰ ਦੀ ਕੁੜਤੀ, ਪਾ ਲਓ ਗਲ 'ਚ। ਆ ਜਿਹੜੇ ਬਾਟੇ ਦੇ ਬੂਟ ਪਾਉਂਦੇ ਹੋ, ਧੌੜੀ ਦਾ ਜੋੜਾ ਪਾ ਲਓ, ਮੁੱਢੇ 'ਤੇ ਖੱਦਰ ਦਾ ਪਰਨਾ, ਹੱਥ 'ਚ ਗੜਵਾ। ਸਤਸੰਗ ਜੀ ਜਦੋਂ ਸ਼ਾਮ ਨੂੰ ਬੈਠਦੇ ਸੀ, ਬਾਬਾ ਕਿਸ਼ਨ ਸਿੰਘ ਜੀ ਬਚਨ ਸੁਣਾਇਆ ਕਰਦੇ ਸੀ। ਕਹਿੰਦੇ ਸੰਤ ਜੀ ਦੇ ਗਿੱਟੇ ਭਿੜਦੇ ਹੁੰਦੇ ਸੀ, ਗਿੱਟੇ 'ਤੇ ਪੱਟੀਆਂ ਬੰਨੀਆਂ ਹੁੰਦੀਆਂ ਸੀ, ਗਿੱਟਿਆਂ ਦੇ ਵਿੱਚੋਂ ਲਹੂ ਸਿੰਮਦਾ ਹੁੰਦਾ ਸੀ ਸੇਵਾ ਵੇਲੇ। ਉਦੋਂ ਬਿਜਲੀ ਨਹੀਂ ਸੀ, 11 ਵਜੇ ਤੋਂ 2 ਵਜੇ ਤੱਕ ਬਾਬਾ ਅਤਰ ਸਿੰਘ ਜੀ ਆਰਾਮ ਕਰਦੇ ਹੁੰਦੇ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੂੰ ਪੱਖਾ ਚੱਲਦੇ ਰਹਿੰਦੇ ਸੀ, ਉਦੋਂ ਵੀ ਨਹੀਂ ਸੀ ਸੌਂਦੇ। ਅਤੇ ਨੇਤਰਾਂ 'ਚੋਂ ਬਰਾਗ ਦਾ ਜਲ ਨਹੀਂ ਸੀ ਕਦੇ ਸੁੱਕਦਾ, ਬਿਨ ਬੈਰਾਗ ਨਾ ਛੂਟ ਸਮਾਇਆ। ਚੰਚਲ ਤਾਈਆਂ ਢੇਕ ਚਾਲੀਆਂ, ਇਹ ਕਹਿਤ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਅੱਖਾਂ ਦੇ ਵਿੱਚ ਬਰਾਗ ਦਾ ਜਲ ਰਹਿੰਦਾ ਹਰ ਵੇਲੇ। ਬਾਬਾ ਅਤਰ ਸਿੰਘ ਮਹਾਰਾ ਆਰਾਮ ਕਰਦੇ ਨੇ, ਪਰ ਬਾਬਾ ਈਸ਼ਰ ਸਿੰਘ ਜੀ ਮਹਾਰਾ ਆਰਾਮ ਨਹੀਂ ਕਰਦੇ, ਪੱਖਾ ਚੱਲਦੇ ਰਹਿੰਦੇ ਨੇ। ਅਤੇ ਨੇਤਰਾਂ 'ਚੋਂ ਬਰਾਗ ਦਾ ਜਲ ਵਗਦਾ ਰਹਿੰਦਾ ਹੈ। ਬਾਬਾ ਅਤਰ ਸਿੰਘ ਮਹਾਰਾ ਕਹਿੰਦੇ ਨਿੱਕਿਆ ਤੂੰ ਕਿਉਂ ਰੋਨਾ ਹੈ, ਪਹਿਲਾਂ ਤਾਂ ਤੇਰੀ ਕਮਾਈ ਬੜੀ ਕੀਤੀ ਹੋਈ ਹੈ, ਜਿਹੜੀ ਮੈਂ ਵੀ ਕਰ ਰਿਹਾ ਇਹ ਵੀ ਤੇਰੇ ਵਾਸਤੇ ਕਰ ਰਿਹਾ। ਸਾਧ ਸਿੰਘ ਜੀ ਨਿੰਦਿਆ ਤਾਂ ਰੱਬ ਦੀ ਕਰਨੀ ਬੜੀ ਸੌਖੀ ਹੈ, ਬੋਲੀ ਦੇਣਾ ਕਿਹੜਾ ਕੁਛ ਵਿਗੜਦਾ। ਆਪ ਨਾ ਦੇ ਚੁਰੂ ਭਰ ਪਾਣੀ, ਤੈ ਨਿੰਦੈ ਜੈ ਗੰਗਾ ਆਣੀ। ਆਪ ਬੁੱਕ ਭਰ ਕੇ ਕਿਸੇ ਨੂੰ ਪਾਣੀ ਦੇਣ ਜੋਗਾ ਨਹੀਂ, ਅਤੇ ਨਿੰਦਿਆ ਉਹਨਾਂ ਦੀ ਕਰਨ ਲੱਗ ਪਏ ਨੇ ਜਿਨ੍ਹਾਂ ਨੇ ਗੰਗਾ ਲੈਂਦੀ ਹੈ। ਉਹ ਸਾਡੇ ਦੋ ਜਵਾਕ ਸਾਡੇ ਆਖੇ ਨਹੀਂ ਲੱਗਦੇ, ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਸੰਤ ਕੋਈ ਨਹੀਂ ਹੁੰਦਾ, ਜੇ ਤੇਰੇ ਆਖਿਆਂ ਸੰਤਾਂ ਦਾ ਭੋਗ ਪੈ ਜਾਏ ਤੂੰ ਤਾਂ ਸਵੇਰ ਨੂੰ ਛੱਡਣਾ ਹੀ ਕੋਈ ਨਹੀਂ। ਪਤਾ ਨਹੀਂ ਕੀ ਲੈਂਦੇ ਨੇ, ਇਹਨਾਂ ਢਿੱਡ ਐਵੇਂ ਦੁਖਦਾ ਰਹਿੰਦਾ। ਇਹ ਜਿੰਨੇ ਦੁਖੀ ਹੁੰਦੇ ਨੇ, ਜਿਉਂ ਜਿਉਂ ਨਿੰਦਕ ਨਿੰਦਾ ਕਰੇ, ਤਿਉਂ ਤਿਉਂ ਦਿਨ ਦਿਨ ਚੜ੍ਹੇ ਸਵਾਇਆ। ਜਿੰਨਾ ਇਹ ਦੁਖੀ ਹੁੰਦੇ ਨੇ ਉਨੀ ਚੜ੍ਹਦੀ ਕਲਾ ਹੋ ਰਹੀ।
ਇਹਨਾਂ ਨੂੰ ਹੋਰ ਹੋਣਾ ਚਾਹੀਦਾ ਦੁਖੀ। ਪਰ ਕਿਸੇ ਗੁਰਮੁਖ ਦਾ ਜੀਵਨ ਤਾਂ ਵਿਚਾਰ ਕੇ ਦੇਖੋ, ਜਿਹੜੀਆਂ ਨੌ ਨਿਸ਼ਾਨੀਆਂ ਬਰਾਗੀਆਂ ਦੀਆਂ ਲਿਖੀਆਂ ਨੇ ਗ੍ਰੰਥਾਂ 'ਚ, ਸੰਤ ਮਹਾਰਾਜ ਜੀਵਨ ਉੱਤੇ ਉਸ ਵੇਲੇ ਢੁੱਕਦੀਆਂ ਸੀ। ਆਸ਼ਕਾਰਾ ਨੌ ਨਿਸ਼ਾਨੀ ਹੈ ਪਿਸਰ, ਰੱਬ ਦੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ। ਰੰਗ ਜਰਦੋ, ਚਿਹਰੇ ਦਾ ਰੰਗ ਪੀਲਾ ਪੈ ਜਾਂਦਾ। ਆਹ ਸਰਦੋ, ਠੰਡੇ ਠੰਡੇ ਹੌਕੇ ਆਉਂਦੇ ਰਹਿੰਦੇ ਆ। ਚਸ਼ਮ ਤਰ, ਨੇਤਰਾਂ 'ਚ ਬਰਾਗ ਦਾ ਜਲ ਰਹਿੰਦਾ, ਉਹਨਾਂ ਦੇ ਸੁੱਕਦਾ ਨਹੀਂ ਕਦੇ। ਕੰਮ ਖੁਰਦਨੋ, ਖਾਂਦੇ ਪੀਂਦੇ ਬਹੁਤ ਘੱਟ ਨੇ। ਕੰਮ ਗੁਪਤ ਨੂੰ, ਗੱਲ ਨਹੀਂ ਕਿਸੇ ਨਾਲ ਕਰਦੇ। ਖਾਬਸ਼ ਹਰਾਮ, ਦੁਨੀਆਂ ਦੇ ਸੁੱਖ ਉਹਨਾਂ ਨੂੰ ਭੁੱਲ ਜਾਂਦੇ ਨੇ। ਕਹਿੰਦੇ ਨੇ ਸਾਰੀ ਰਾਤ ਬੈਠੇ ਰਹਿੰਦੇ ਨੇ, ਕਦੀ ਬਹਿ ਕੇ ਦੇਖਿਆ ਹੀ ਭਲਿਆ, ਐਵੇਂ ਉੱਠ ਕੇ ਸਵੇਰੇ ਝੱਖ ਮਾਰਨ ਲੱਗ ਜਾਂਦਾ। ਤੂੰ ਤਾਂ 7 ਵਜੇ ਨਹੀਂ ਕਦੀ ਉੱਠਿਆ, ਅਤੇ ਤੂੰ ਕਹਿੰਦਾ ਸਾਰੀ ਸਾਰੀ ਰਾਤ ਚੌਂਕੜੇ 'ਚ ਬੈਠਦੇ ਨੇ। ਉਹਨਾਂ ਨੂੰ ਸੁੱਖ ਭੁੱਲ ਜਾਂਦੇ ਨੇ ਦੁਨਿਆਵੀ। ਕੰਮ ਖੁਰਦਨੋ, ਕੰਮ ਗੁਫਤਨੋ, ਖਾਬਸ਼ ਹਰਾਮ, ਇੰਤਜਾਰੀ ਬੇਕਰਾਰੀ, ਦਸਤ ਸਰ ਮੱਥੇ 'ਤੇ ਹੱਥ ਧਰ ਕੇ ਉਸ ਪਰਮਾਤਮਾ ਦੀ ਇੰਤਜਾਰੀ 'ਚ ਬੈਠੇ ਰਹਿੰਦੇ ਨੇ। ਉਹ ਕਦੋਂ ਟਾਈਮ ਆਏਗਾ ਜਿਸ ਪਰਮਾਤਮਾ ਤੋਂ ਵਿਛੜਿਆ ਉਹਦੇ 'ਚ ਭੇਦ ਹੋ ਜਾਵਾਂਗੇ। ਇਹ ਸਾਰੀਆਂ ਨਿਸ਼ਾਨੀਆਂ ਸੰਤ ਬਾਬਾ ਈਸ਼ਰ ਸਿੰਘ ਜੀ ਮਾਰਤੇ ਸੇਵਾ ਵੇਲੇ ਢੁੱਕਦੀਆਂ ਸੀ। ਸੱਚੇ ਨਾਮ ਦੇ ਬਰਾਗੀ ਨੇ ਜਿਹੜੇ ਸਾਰੀ ਸਾਰੀ ਰਾਤ ਜਾਗਦੇ, ਸੱਚੇ ਨਾਮ ਦੇ ਬਰਾਗੀ ਉਹ ਸਾਰੀ ਸਾਰੀ ਰਾਤ ਜਾਗਦੇ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਕਹਿ ਕੇ, ਆਪ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਕੀਰਤਨ ਕਹਿ ਕੇ ਸਿਖਾਇਆ ਸੀ। ਤੁਸੀਂ ਕੀਰਤਨ ਜ਼ਰੂਰ ਸਿੱਖੋ। ਸਤਿਸੰਗ ਜੀ, ਆਪਾਂ ਐਵੇਂ ਕਹਿਣ ਲੱਗ ਜਾਂਦੇ ਸਾਨੂੰ ਆਹ ਬਚਨ ਕੀਤੇ, ਸਾਨੂੰ ਆਹ ਬਚਨ ਕੀਤੇ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਮਹਾਰਾਜ ਨੇ ਸਾਰੀ ਜ਼ਿੰਦਗੀ ਨੇ ਆਖਿਆ ਸਾਨੂੰ ਆਹ ਬਚਨ ਕੀਤੇ। ਭਾਵੇਂ ਆਪ ਕਫਣੀ ਪਵਾਈ ਸੀ ਸੈਦੂ ਬਾਬਾ ਅਤਰ ਸਿੰਘ ਜੀ ਨੇ, ਆਪ ਅਰਦਾਸ ਕੀਤੀ ਸੀ। ਬਾਬਾ ਕਰਮ ਸਿੰਘ ਮਹਾਰਾਜ ਦਾ ਸਥਾਨ ਹੈ ਸੈਦੂ। ਬਾਬਾ ਕਰਮ ਸਿੰਘ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਅੱਜ ਤੁਹਾਡੇ ਸੇਵਕ ਦੇ ਗੱਲ ਫਕੀਰੀ ਬਾਣਾ ਪਾਇਆ, ਬਿਰਧ ਬਾਣੀ ਦੀ ਲਾਜ ਰੱਖਿਓ। ਆਪ ਬਾਬਾ ਅਤਰ ਸਿੰਘ ਜੀ ਨੇ ਅਰਦਾਸ ਕੀਤੀ ਸੀ
ਕਿਸੇ ਨੇ ਸਾਰੀ ਜ਼ਿੰਦਗੀ ਗੱਲ ਸੁਣੀ ਹੋਵੇ ਮਹਾਰਾਜ ਦੀ ਜ਼ਬਾਨ ਤੋਂ, ਨਹੀਂ ਸੁਣੀ ਹੋਣੀ, ਕਦੇ ਆਖਿਆ ਹੀ ਨਹੀਂ। ਇਹ ਜ਼ਰੂਰ ਕਹਿੰਦੇ ਸੀ ਵੱਡੇ ਸਾਹਿਬਾਂ ਨੇ, ਸਾਡੀ ਕੀਰਤਨ ਦੀ ਡਿਊਟੀ ਲਾਈ ਹੈ, ਅੰਤ ਪਰਯੰਤ ਉਹ ਡਿਊਟੀ ਨਿਭਾ ਦਿਆਂਗੇ, ਅਖੀਰਲੇ ਸਵਾਸ ਤੱਕ। ਜਿੱਦਣ ਮਹਾਰਾਜ ਨੇ ਸਰੀਰ ਛੱਡਿਆ ਸੀ ਉੱਦਣ ਵੀ ਦੁਆਣ ਲਾ ਕੇ ਆਏ ਸੀ ਸਾਧ ਜੀ। ਉਹਨੂੰ ਕਹਿੰਦੇ ਨੇ ਸੇਵਕ, ਜਿਹੜਾ ਆਪਣੇ ਸਾਹਿਬ ਦੇ ਹੁਕਮ 'ਤੇ ਖੜ੍ਹਾ, ਸਾਹਿਬ ਉਹਦੇ ਨਾਲ ਰਹੇਗਾ, ਮੂੰਹ 'ਤੇ ਹੋਰ ਕੰਢ ਪਿੱਛੇ ਹੈ, ਉਹਨੂੰ ਇਹ ਤਾਂ ਸੇਵਕਾਂ ਵਾਲੇ ਕੰਮ ਨਹੀਂ ਹੁੰਦੇ। ਸੋ ਸਾਧ ਸਿੰਘ ਜੀ ਅੱਧੀ ਸਦੀ, 50 ਸਾਲ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਗੁਰਮਤ ਦਾ ਨਿਰੋਲ ਪ੍ਰਚਾਰ ਕਰਕੇ, ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਉਹਨਾਂ ਦੇ ਦੀਵਾਨ ਰਾੜਾ ਸਾਹਿਬ .com, ਐਸ਼ਰ ਮਾਈਕਰੋ, ਬੜੀ ਮਿਹਨਤ ਕਰਕੇ ਬਾਬਾ ਬਲਜਿੰਦਰ ਸਿੰਘ ਜੀ ਨੇ, ਇੱਕ ਸਾਨੂੰ ਅਮੈਰੀਕਾ ਗਿਆਨੀ ਮਿਲਿਆ ਐਤਕੀ, ਉਹ ਵੈਸੇ ਸੰਤਾਂ ਦੇ ਨਾਂ ਤੋਂ ਤੁਹਾਨੂੰ ਬੜਾ ਦੁੱਖ ਜਿਹਾ ਸੀ, ਅਤੇ ਕਹਿੰਦਾ ਭਾਈ ਸਾਹਿਬ ਨੇ ਬੜਾ ਵੱਡਾ ਇੱਕ ਉੱਦਮ ਕੀਤਾ ਵਿਦਵਾਨਾਂ ਵਾਸਤੇ, ਅੱਜ ਮੀਡੀਆ ਦਾ ਯੁੱਗ ਹੈ, ਇੰਟਰਨੈੱਟ ਦੇ ਵਿੱਚ ਜਿਹੜਾ ਉਹਨਾਂ ਨੇ ਐਸ਼ਰ ਮਾਈਕਰੋ ਬਣਾ ਦਿੱਤਾ, ਹੁਣ ਗ੍ਰੰਥ ਬਹੁਤੇ ਚੱਕਣ ਦੀ ਲੋੜ ਨਹੀਂ ਪੈਂਦੀ ਹੈ, ਇਹ ਵੀ ਪੰਥ ਨੂੰ ਬੜੀ ਵੱਡੀ ਦੇਣ ਹੈ। ਸੋ ਆਓ, ਉਹਨਾਂ ਨੇ ਕੇਵਲ ਅਕਾਲ ਪੁਰਖ ਦੀ, ਗੁਰੂ ਦੀ, ਪਰਮੇਸ਼ਰ ਦੀ ਵਡਿਆਈ ਕੀਤੀ, ਭਾਵੇਂ ਉਹਨਾਂ ਦੇ ਦੀਵਾਨ ਵਿੱਚ ਮੁੱਖ ਮੰਤਰੀ, ਰਾਸ਼ਟਰਪਤੀ ਦੀਵਾਨ 'ਚ ਬੈਠੇ ਹੁੰਦੇ ਸੀ, ਕਦੀ ਨਾਂ ਨਹੀਂ ਸੀ ਲਿਆ, ਅੱਜ ਮੁੱਖ ਮੰਤਰੀ ਸਾਹਿਬ ਆ ਗਏ ਨੇ ਜੀ ਦੀਵਾਨ ਦੇ ਵਿੱਚ, ਇਹ ਨਹੀਂ ਪਤਾ ਉੱਠ ਕੇ ਹਾਰ ਰਹੇ ਲੈ ਕੇ ਖੜ੍ਹ ਜਾਣ, ਮੁੱਖ ਮੰਤਰੀ ਸਾਹਿਬ ਵਾਸਤੇ ਨਾਂ ਹੀ ਨਹੀਂ ਲਿਆ ਕਦੇ। ਮੰਤਰੀ ਬੈਠੇ ਸੀ ਦਰਬਾਰਾ ਸਿੰਘ ਵਰਗੇ, ਇਹ ਨਹੀਂ ਆਖਿਆ ਜੇ ਮੰਤਰੀ ਸਾਹਿਬ ਆ ਗਏ ਨੇ, ਅਤੇ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਵੱਡਾ ਕੋਈ ਸਾਹਿਬ ਹੈ ਹੀ ਨਹੀਂ। ਸੋ ਉਹਨਾਂ ਦੀ ਯਾਦ ਵਿੱਚ ਰਾਜਪੁਰੇ ਦੀ ਸੰਗਤ ਨੇ ਪਿਛਲੇ ਸਾਲ ਦੀ ਤਰ੍ਹਾਂ ਐਤਕੀ ਵੀ ਉਪਰਾਲਾ ਕੀਤਾ, ਬਹੁਤ ਸੰਗਤਾਂ ਨੇ ਪ੍ਰੇਮ ਅਤੇ ਸ਼ਰਧਾ ਦਾ ਸਬੂਤ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ 3 ਦਿਨ ਸੰਗਤਾਂ ਨੇ ਆਨੰਦ ਮਾਣਿਆ, ਜਿੱਥੇ ਰਾੜਾ ਸਾਹਿਬ ਤੋਂ ਜਥਾ ਹਾਜ਼ਰੀ ਭਰ ਕੇ ਗਿਆ, ਉੱਥੇ ਸਤਿਕਾਰਯੋਗ ਬਾਬਾ ਹਰਦੇਵ ਸਿੰਘ, ਬਾਬਾ ਸੰਤੋਖ ਸਿੰਘ, ਹੈੱਡ ਗ੍ਰੰਥੀ ਲੌਰਾ ਸਾਹਿਬ, ਬਾਬਾ ਤਲੋਚਨ ਸਿੰਘ, ਹੋਰ ਗੁਰਮੁਖ ਪਿਆਰਿਆਂ ਨੇ ਵੀ ਆ ਕੇ ਹਾਜ਼ਰੀਆਂ ਭਰੀਆਂ, ਦਰਸ਼ਨ ਦਿੱਤੇ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਮਹਾਂਪੁਰਸ਼ਾਂ ਦਾ ਧੰਨਵਾਦ, ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਹਦੀ ਛਤਰ ਛਾਇਆ ਹੇਠ ਆਪਾਂ ਇਹ ਬੈਕੁੰਠ ਦਾ ਆਨੰਦ ਮਾਣਿਆ। ਸੋ ਆਓ, ਸਮਾਂ ਇਜਾਜ਼ਤ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਖਿਮਾ। ਸੋ ਆਓ, ਹੁਣ ਨੰਸਾ ਦਾ ਪਾਠ, ਅਰਦਾਸ, ਹੁਕਮਨਾਮੇ ਸੁਣ ਕੇ ਧਾਰਮਿਕ ਦੀਵਾਨ 18, 19, 20 ਅਕਤੂਬਰ ਨੂੰ ਪਿੰਡ ਗੋਪਾਲਪੁਰ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ ਨੇ। ਟਾਈਮ ਨਹੀਂ ਲਿਖਿਆ ਤੁਸੀਂ ਕਿਹੜਾ ਟਾਈਮ ਹੈ, ਇਹ ਇਹਨਾਂ ਨੂੰ ਪੁੱਛ ਲਓ, ਰਾਤ ਦੇ ਦੀਵਾਨ ਨੇ ਜਾਂ ਦਿਨ ਦੇ? ਰਾਤ ਦੇ ਦੀਵਾਨ ਨੇ ਜੀ, 7:10 ਉਹਨਾਂ ਨੇ, ਮਹਾਂਪੁਰਸ਼ਾਂ ਨੇ ਇੱਥੇ ਦੀਵਾਨ ਸਜਾਉਣੇ ਆ।
18 19 20 ਦੀਵਾਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ 16 ਤੋਂ ਲੱਗ ਕੇ 20 ਅਕਤੂਬਰ ਕੀ ਹੈ 9ਵੇਂ ਮਹੀਨੇ ਦੀ 16 ਤੋਂ ਲੱਗ ਕੇ 20 ਤੱਕ ਪਟਿਆਲੇ ਵੀਰ ਹਕੀਕਤ ਰਾਏ ਗਰਾਊਂਡ ਬੱਸ ਸਟੈਂਡ ਦੇ ਕੋਲ ਇਹ ਸਮਾਂ ਰਾਤ ਦਾ ਹੈ 7-10 ਵਜੇ ਤੱਕ ਉੱਥੇ ਵੀ ਸੰਗਤਾਂ ਲਾਹ ਲੈ ਸਕਦੀਆਂ ਹਨ। ਫੁੱਲਾਂ ਦੀ ਖਿਮਾ ਸਮਾਪਤੀ ਨਹੀਂ ਹੋਈ, ਜਦੋਂ ਗੁਰੂ ਗ੍ਰੰਥ ਸਾਹਿਬ ਪੰਡਾਲ ਵਿੱਚੋਂ ਜਾਣਗੇ ਫਿਰ ਸਮਾਪਤੀ ਹੋਣੀ ਹੈ। ਹੁਣ ਨੰਸਾ ਦੇ ਪਾਠ ਫਿਰ ਅਰਦਾਸ ਸੁਕੁਨਾਮੇ ਸੁਣ ਕੇ ਪ੍ਰਬੰਧਕ ਵੀਰ ਅਗਲੀ ਬੇਨਤੀ ਕਰਨਗੇ ਆਪਨ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਭ ਦੂਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਪੰਚ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਅਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ,
ਹੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਕਹਤੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।